ਮੇਰਾ ਨਾਂ ਹੈਗਾ ਮਾਸਟਰ ਗੁਰਦੀਪ ਸਿੰਘ, ਰਹਿੰਦਾ ਮੈਂ ਇੱਥੇ ਬੇਕਸ ਫੀਲਡ 'ਚ। ਅੱਜ ਦੀ ਤਰੀਕ ਮੇਰਾ ਖਿਆਲ ਹੈ 20 ਹੈਗੀ, ਅੱਜ ਦੀ ਤਰੀਕ ਜੁਲਾਈ ਦੀ, ਅਤੇ ਸਨ ਹੈਗਾ 2014। 84 ਦੇ ਵਿੱਚ ਮੇਰੀ ਉਮਰ ਸੀ 45 ਸਾਲ। ਸਰਕਾਰੀ ਨੌਕਰੀ ਐਜ਼ ਏ ਟੀਚਰ ਮੈਂ ਕਰਦਾ ਸੀਗਾ, ਅਤੇ ਉਸ ਮੌਕੇ ਮਿਡਲ ਸਕੂਲ ਦਾ ਮੈਂ ਮੁਖੀ ਸੀ। ਉਦੋਂ ਮੇਰੀ ਸਰਵਿਸ ਜਿਹੜੀ ਸੀਗੀ 24 ਸਾਲ ਦੀ ਹੋ ਚੁੱਕੀ ਸੀ। ਆਪਣੇ ਪਿੰਡ ਦੇ ਬਿਲਕੁਲ ਹੀ 2 ਕੁ ਕਿਲੋਮੀਟਰ 'ਤੇ ਪੜ੍ਹਾਉਂਦਾ ਸੀ, ਮਿਡਲ ਸਕੂਲ ਦਾ ਮੁਖੀ ਸੀ। ਮੇਰਾ ਪਿੰਡ ਹੈਗਾ ਰਾਜਿਆਣਾ, ਜ਼ਿਲ੍ਹਾ ਮੋਗਾ ਦੇ ਵਿੱਚ। ਉਸ ਮੌਕੇ ਮੈਂ ਪਿੰਡ ਸੀ। ਉਦੋਂ ਪਹਿਲਾਂ ਜਿਹੜਾ ਕਰਫਿਊ ਵਰਗਾ ਸਾਰੇ ਪੰਜਾਬ 'ਚ ਇਹਨਾਂ ਲਾ ਦਿੱਤਾ ਸੀਗਾ, ਹਾਲਾਤ ਕੁਛ ਅਜਿਹੇ ਟੈਂਸ ਬਣ ਗਏ ਸੀਗੇ ਜਿਹਦੇ 'ਤੇ ਕੋਈ ਗੱਲ ਕਿਸੇ ਨੂੰ ਸਮਝ ਨਹੀਂ ਆਉਂਦੀ ਸੀ। ਲੋਕ ਬੜੇ ਪਰੇਸ਼ਾਨ ਸੀ, ਬਾਹਰ ਅੰਦਰ ਜਾਣਾ ਔਖਾ ਸੀ। ਜਿਹਦੇ 'ਚ ਕੁਝ ਸੱਚੇ ਸੁੱਚੇ ਲੋਕ ਵੀ ਸੀ, ਕੁਝ ਬਦਮਾਸ਼ ਲੋਕ ਵੀ ਬਹੁਤ ਰਲੇ ਹੋਏ ਸੀ ਵਿੱਚ, ਜਿਹੜੇ ਲੋਕਾਂ ਨੂੰ ਹਰ ਪ੍ਰਕਾਰ ਦਾ ਗੁੰਮਰਾਹ ਕਰਦੇ ਸੀ, ਖਰਾਬ ਕਰਦੇ ਸੀਗੇ। ਅਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਯੰਗ ਏਜ ਦੇ ਮੁੰਡੇ ਹੈ, ਜਿਹੜੇ ਮੁਲਾਜ਼ਮ ਸੀ, ਉਹ ਵੀ ਹਿੱਸਾ ਲੈਣ ਲੱਗ ਗਏ ਸੀਗੇ। ਉਹਨਾਂ ਦੀ ਸੋਚ ਵੀ ਬਣ ਗਈ ਸੀ। ਕੁਝ ਲੋਕ, ਜਿਵੇਂ ਮੇਰੀ ਨਿੱਜੀ ਸੋਚ ਸੀਗਾ, ਮੈਂ ਕਦੇ ਕਿਸੇ ਧਰਮ ਇੱਕ ਨੂੰ ਵਿਸ਼ਵਾਸ ਨਹੀਂ ਕਰਦਾ ਗਾ, ਅਤੇ ਮੇਰੇ ਨਾਲ ਵੀ ਕੁਝ ਅਧਿਆਪਕ ਸੀ ਜਿਹੜੇ ਹਿੰਦੂਆਂ ਦੇ ਖਿਲਾਫ਼ ਬੋਲਦੇ ਸੀ। ਮੈਂ ਉਹਨਾਂ ਨੂੰ ਟੋਕਦਾ ਹੁੰਦਾ ਸੀਗਾ ਵੀ ਨਹੀਂ, ਸਾਰੇ ਭਾਈ ਹੈ, ਸਾਨੂੰ ਇਹ ਨਹੀਂ ਕਰਨਾ ਚਾਹੀਦਾ ਗਾ। ਅਤੇ ਉਹ ਹੌਲੀ ਹੌਲੀ ਹਾਲਾਤ ਇਸ ਤਰ੍ਹਾਂ ਵਿਗੜਦੇ ਗਏ। ਕੋਈ ਸ਼ਰਾਰਤੀ ਲੋਕ ਕਰਦੇ ਰਹੇ ਬੱਸਾਂ 'ਚੋਂ ਕੱਢ ਕੇ, ਜਿਹੜੀਆਂ ਏਜੰਸੀਆਂ ਕਰਾਉਂਦੀਆਂ ਰਹੀਆਂ, ਜਾਂ ਉਹ ਜੁੰਮੇ ਜਿਹੜਾ ਸੀਗਾ ਮੁੰਡਿਆਂ ਦੇ ਲਾ ਦਿੱਤਾ ਜਾਂਦਾ ਸਿੱਖ ਮੁੰਡਿਆਂ ਦੇ, ਅਤੇ ਉਹ ਜ਼ਰੂਰੀ ਸੀ ਵੀ ਉਹ ਸਾਰੇ ਉਹ ਕਰਦੇ ਸੀਗੇ, ਪਰ ਏਜੰਸੀਆਂ ਕਰਦੀਆਂ ਸੀ, ਪੁਲਿਸ ਵਾਲੇ ਕਰਾਉਂਦੇ ਸੀਗੇ। ਇਹ ਬਾਅਦ ਦੇ ਵਿੱਚ ਜਦੋਂ ਅਖਬਾਰ ਪੜ੍ਹੇ, ਕਿਤਾਬਾਂ ਪੜ੍ਹੀਆਂ, ਉਹਨਾਂ ਦੇ ਵਿੱਚੋਂ ਨਿਕਲੀ ਗੱਲ। ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਜੋ ਮੇਰੀ ਸੋਚ ਸੀ, ਮੈਨੂੰ ਉਮੀਦ ਨਹੀਂ ਸੀ ਹਮਲਾ ਹੋਊ ਵੀ ਹਾਲਾਤ ਕੁਝ ਵੀ ਹੋ ਜਾਣ। ਉਦੋਂ ਪਹਿਲਾਂ ਜਿਹੜਾ ਦਰਬਾਰ ਸਾਹਿਬ ਦੀਆਂ ਖਬਰਾਂ ਪੜ੍ਹਦੇ ਰਹਿੰਦੇ ਸੀਗੇ, ਪਿੰਡਾਂ ਵਾਲੇ ਜਿਹੜੇ ਸੀਗੇ ਉਹ ਲੰਗਰ ਹਾਲ ਤੋਂ ਉੱਠ ਕੇ ਅਕਾਲ ਤਖ਼ਤ 'ਤੇ ਚਲੇ ਗਏ ਸੀਗੇ। ਉਹਨਾਂ ਦੀ ਜਿਹੜੀ ਲੀਡਰਸ਼ਿਪ ਸੀ ਸਾਡੀ ਅਕਾਲੀਆਂ ਦੀ, ਉਹ ਆਪਸ ਵਿੱਚ ਬਾਈਫਰਕੇਟ ਵੰਡੀ ਗਈ ਸੀਗੀ, ਵੀ ਕੁਝ ਪਿੰਡਾਂ ਵਾਲੇ ਦੇ ਨਾਲ, ਕੁਝ ਲੌਂਗੋਵਾਲ ਦੇ ਨਾਲ। ਜਿਹੜੀ ਦੂਸਰਾ ਅਕਾਲੀ ਧੜਾ ਸੀਗਾ, ਉਹਨਾਂ ਨੇ ਆਪਸ ਵਿੱਚ ਵੀ ਇੱਕ ਦੂਜੇ ਦੇ ਖਿਲਾਫ਼ ਕੁਝ ਕਾਰਵਾਈਆਂ ਜਿਹੜੀਆਂ ਕਰਦੇ ਸੀਗੇ, ਉਹ ਵੀ ਅਖਬਾਰਾਂ 'ਚ, ਮੀਡੀਆ 'ਚ ਆਉਂਦੀਆਂ ਨੇ। ਮੀਡੀਆ ਅੱਜ ਵਰਗਾ ਹੈ ਨਹੀਂ ਸੀ ਉਦੋਂ। ਉਦੋਂ ਮੀਡੀਆ ਜਿਹੜਾ ਇਕੱਲਾ ਰੇਡੀਓ ਹੁੰਦਾ ਸੀ, ਵਿਰਲੇ ਵਿਰਲੇ TV ਹੁੰਦੇ ਸੀ। ਵੈਸੇ ਮੇਰੇ ਕੋਲ ਉਦੋਂ TV ਸੀਗਾ, ਬਲੈਕ ਐਂਡ ਵਾਈਟ, ਮੈਂ 81 ਦੇ ਵਿੱਚ ਲੈ ਲਿਆ ਸੀਗਾ। ਤੋ ਇਸ ਕਰਕੇ ਆਂਢੀ ਗੁਆਂਢੀ ਜਿਹੜੇ, ਉਹ ਸਦਾ ਚੱਲਦਾ ਵੀ ਨਹੀਂ ਸੀਗਾ, ਉਹਦੇ ਟਾਈਮ ਕੁਝ ਨਿਸ਼ਚਿਤ ਹੀ ਹੁੰਦੇ ਸੀਗੇ। ਆਂਢੀ ਗੁਆਂਢੀ ਆ ਜਾਂਦੇ ਹੁੰਦੇ ਸੀ ਦੇਖਣ ਵਾਸਤੇ TV, ਅਤੇ ਉਹ ਦੇਖਦੇ ਰਹਿੰਦੇ ਸੀ ਅਸੀਂ ਨਾਲ ਦੀ ਨਾਲ ਖਬਰਾਂ। ਤਾਂ ਉਹਦੇ ਜਿਹੜੇ ਹਾਲਾਤ ਸੀ, ਜੋ ਮੇਰੀ ਸੋਚ ਸੀ ਵੀ ਇਹ ਨਹੀਂ ਹੋਣੀ ਗੱਲ, ਪਰ ਚਾਹੇ ਇੰਦਰਾ ਗਾਂਧੀ ਨੂੰ ਕਿਸੇ ਨੇ ਗੁੰਮਰਾਹ ਕੀਤਾ, ਉਹਦੀਆਂ ਏਜੰਸੀਆਂ ਨੇ, ਉਹਦੀ ਸਰਕਾਰ ਨੇ, ਕਿਉਂਕਿ ਸਰਕਾਰ ਦੇ ਵਿੱਚ ਵੀ ਪੱਟੋ ਧਾੜ ਸੀ, ਆਪਸ ਵਿੱਚ ਇੱਕ ਦੂਜੇ ਨੂੰ ਠਿੱਬੀਆਂ ਮਾਰਦੇ ਸੀ ਜੋ ਲੋਕ ਸੀਗੇ ਨਾ, ਸਰਕਾਰੀ ਬੰਦੇ, ਉਹ ਵੀ ਇੱਕ ਦੂਜੇ ਨੂੰ ਨੀਵਾਂ, ਜੇ ਕੋਈ ਟਿਕਾਉਣ ਦੀ ਗੱਲ ਕਰਦਾ ਸੀ ਤਾਂ ਦੂਸਰੇ ਕੁਝ ਸ਼ਰਾਰਤੀ ਲੋਕ ਅਜਿਹੇ ਸੀ ਸਰਕਾਰ ਦੇ ਵਿੱਚ, ਜਿਹੜੇ ਨਹੀਂ ਚਾਹੁੰਦੇ ਵੀ ਇਹ ਕਿਸੇ ਚੀਜ਼ ਦਾ ਕ੍ਰੈਡਿਟ ਲੈ ਜੇ। ਤੋ ਇਸ ਕਰਕੇ ਜਿਹੜਾ ਹੈਗਾ, ਮੇਰੀ ਸੋਚ ਨਾਲ, ਮੈਨੂੰ ਉਮੀਦ ਨਹੀਂ ਸੀ ਵੀ ਕਦੇ ਵੀ ਅਟੈਕ ਹੋਊਗਾ, ਪਰ ਪਤਾ ਉਦੋਂ ਲੱਗਾ ਜਦੋਂ ਪੰਜਾਬ 'ਚ ਕਰਫਿਊ ਲਾ ਤਾ, ਪੰਜਾਬ ਦੇ 40 ਗੁਰਦੁਆਰਿਆਂ ਨੂੰ ਘੇਰ ਲਿਆ ਗਿਆ, ਅਟੈਕ ਹੋ ਗਿਆ। ਉਦੋਂ ਪਹਿਲਾਂ ਇੰਦਰਾ ਗਾਂਧੀ ਬੋਲੀ ਵੀ ਹੈਗੀ ਹੈ ਆਪਣੇ TV ਦੇ ਉੱਤੇ, ਉਹਨੇ ਵੀ ਮਤਲਬ ਆਪਦੇ ਸੋਚ ਅਨੁਸਾਰ ਜੋ ਬਿਆਨ ਦਿੱਤਾ, ਤਾਂ ਫਿਰ ਇੱਕਦਮ ਇੰਨਾ ਤਰਥਲ ਮੱਚ ਗਿਆ ਪੰਜਾਬ ਦੇ ਵਿੱਚ। ਪਿੰਡਾਂ ਦੇ ਵਿੱਚੋਂ ਲੋਕ ਵਹੀਰਾਂ ਕੱਤ ਕੇ, ਕੋਈ ਡਾਂਗ, ਸੋਟਾ, ਗੰਡਾਸਾ, ਗਨਾਲੀ, ਜਿਹੋ ਜਿਹਾ ਕਿਸੇ ਨੂੰ ਸੰਦ ਮਿਲਿਆ, ਅਤੇ ਪਿੰਡਾਂ ਤੋਂ ਤੁਰ ਪਏ, ਸਾਡੇ ਪਿੰਡੋਂ ਵੀ ਤੁਰ ਪਏ, ਕਿਉਂਕਿ ਸਾਡੇ ਪਿੰਡ ਦਾ ਉਹ ਜਿਹੜਾ ਉਸ ਮੌਕੇ ਸਰਪੰਚ ਸੀ, ਬਾਅਦ 'ਚ 2 ਵਾਰੀ MLA ਵੀ ਬਣਿਆ, ਮੇਰਾ ਉਹਦੇ ਨਾਲ ਪ੍ਰੇਮ ਸੀ। ਮੈਂ ਉਹਨੂੰ ਆਖਿਆ ਕੀ ਕਰੋਗੇ, ਕਰਫਿਊ ਲੱਗ ਚੁੱਕਾ, ਤੁਸੀਂ ਇੱਥੋਂ ਤਾਂ ਆਪਾਂ ਜਾ ਨਹੀਂ ਸਕਦੇ, ਕਿ ਤੁਸੀਂ ਕਰੋ। ਉਹ ਕਹਿੰਦੇ ਅਸੀਂ ਜਾਵਾਂਗੇ ਰੋਡੀ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿਆਂ, ਰੋਡੇ ਜਿਹਦੀ ਇਹ ਮੁੱਢ ਹੈ, ਉਹ ਸਾਡੇ ਪਿੰਡ ਦੇ ਸਭ ਤੋਂ ਨੇੜੇ ਹੈ। ਸਾਡੇ ਪਿੰਡ ਦਾ ਇਉਂ ਕਰਕੇ, ਕਿਉਂਕਿ 2 ਭਾਈ ਜਿਹੜੇ ਸੀ ਪਦਾਰਥ ਵਿੱਘਾ ਸਾਡੇ ਪਿੰਡ ਬੈਠ ਗਏ ਸੀ, ਰਾਮੂ ਅਤੇ ਸਰਜਾ ਜਿਹੜੇ ਸੀ, 2 ਭਾਈ ਰੋਡੀ ਚਲੇ ਗਏ ਸੀ, ਅਤੇ ਇਹਨਾਂ ਦਾ 5ਵਾਂ ਭਰਾ ਸੀ ਸੋਮਾ, ਉਹਨੇ ਸਮਾਲਸਰ ਪਿੰਡ ਸਾਡੇ ਨੇੜੇ ਆ ਉਹ ਬੰਨਿਆ ਸੀ। ਤੋ ਇਸ ਕਰਕੇ ਭਰਾਵੀਂ ਅਸੀਂ ਰੋਡਿਆਂ ਦੇ ਨੇੜੇ ਹਾਂ, ਤਾਂ ਮੁੱਢ ਤੋਂ ਹੀ ਸਾਡੇ ਆਪਸ ਵਿੱਚ ਸੰਬੰਧ, ਪੈਲੀਆਂ ਦੀ ਵੰਡ, ਜੇ ਉਹ ਹਰ ਤਰ੍ਹਾਂ ਦਾ ਸਾਡੇ, ਅਸੀਂ ਨੇੜੇ ਸੀ, ਸਾਡਾ ਗੁਆਂਢੀ ਪਿੰਡ ਆ ਉਹ। ਪਰ ਰੋਡੇ ਪਿੰਡ ਜਿਹੜਾ ਹੈਗਾ, ਜਦੋਂ ਤੋਂ ਤਕਰੀਬਨ ਵੱਜਿਆ, ਉਦੋਂ ਤੋਂ ਹੀ ਹਿਸਟਰੀ ਦੇ ਵਿੱਚ ਹੋ ਰਿਹਾ। ਹਰ ਮੋਰਚਾ, ਜਿੰਨੇ ਵੀ ਪੰਜਾਬ ਦੇ ਮੋਰਚੇ ਪਹਿਲਾਂ ਤੋਂ ਲੱਗਦੇ ਰਹੇ, ਜੈਤੋ ਦਾ ਮੋਰਚਾ ਲੱਗਿਆ 1857 ਦੀ ਗੱਲ ਹੋਇਆ,
ਐਂਗਲੋ ਸਿੱਖ ਵਾਰ ਹੋਈ ਹੈਗੀ ਆ, ਹਰ ਪਿੰਡ ਮੌਕੇ 'ਤੇ ਰੋਡਿਆਂ ਦਾ ਯੋਗਦਾਨ ਹੈਗਾ। ਤਾਂ ਉੱਥੋਂ ਹੀ ਜਿਹੜਾ ਹੈ ਸੰਤ ਪਿੰਡਾਂ ਵਾਲੇ ਸੀਗੇ, ਜਿਹਨਾਂ ਦਾ ਬਾਬਾ ਜੋਗਿੰਦਰ ਸਿੰਘ ਸੀਗੇ, ਚਾਰ ਪੰਜ ਭਰਾ ਸੀਗੇ, ਸ਼ਾਇਦ ਸੱਤ ਸੀਗੇ, ਰੋਡੇ ਪਿੰਡ ਤੋਂ ਟੱਪ ਕੇ ਗਾਂਹ ਦੇ ਕੋਠੇ ਬੱਝੇ ਹੋਏ ਆ, ਜਿਨ੍ਹਾਂ ਨੂੰ ਗੁਰੂ ਸਰ ਕੋਠੇ ਕਹਿੰਦੇ, ਉੱਥੋਂ ਦੇ ਰਹਿਣ ਵਾਲੇ ਸੀਗੇ। ਇਹਨਾਂ ਨੂੰ ਛੋਟਿਆਂ ਹੁੰਦਿਆਂ ਨੂੰ ਛੋਟੀ ਉਮਰ ਦੇ ਵਿੱਚ ਸਕੂਲ ਦੀ ਵਿੱਦਿਆ ਬਹੁਤੀ ਨਹੀਂ ਸੀ, ਮੇਰੇ ਖਿਆਲ ਨਾਲ ਇਹਨਾਂ ਕੋਲ ਪੰਜ ਜਮਾਤਾਂ ਹੀ ਪੜ੍ਹੇ ਹੋਏ ਸੀਗੇ। ਅਤੇ ਸੰਤ ਗੁਰਬਚਨ ਸਿੰਘ ਪਿੰਡਰਾਂ ਵਾਲੇ ਜਿਹੜੇ ਸੀ ਕਥਾਕਾਰ, ਉਹ ਇਹਨਾਂ ਦੇ ਬਾਪ ਜੋਗਿੰਦਰ ਸਿੰਘ ਤੋਂ ਇਹਨਾਂ ਨੂੰ ਲੈ ਗਏ ਸੀਗੇ, ਉਦੋਂ ਤੋਂ ਫਿਰ ਟਕਸਾਲ 'ਚ ਪੜ੍ਹੇ ਪੜ੍ਹਾਏ ਸੀ। ਤਾਂ ਇਹਨਾਂ ਨੇ ਉੱਥੇ ਚਲੇ ਗਏ ਅਤੇ ਮੈਂ ਉਹਨਾਂ ਲੋਕਾਂ ਨੂੰ ਬੜਾ ਰੋਕਿਆ ਵੀ ਤੁਸੀਂ ਕੀ ਕਰੋਗੇ ਉੱਥੇ, ਕਿਵੇਂ ਜਾਓਗੇ, ਰਸਤੇ ਬੰਦ ਹੈ। ਪਰ ਉਹ ਕਹਿੰਦਾ ਹੁਣ ਮੈਂ ਕੀ ਕਰਾਂ, ਇਹ ਲੋਕ ਨਹੀਂ ਮੇਰਾ ਖੜਾ ਛੱਡ ਦੇ। ਉਹ ਇਕੱਠੇ ਹੋ ਕੇ ਗਏ, ਤਾਂ ਕੋਈ ਕਿਤੇ ਜਾਂਦਾ ਰਿਹਾ, ਕੋਈ ਕਿਤੇ, ਉਹ ਇਕੱਠੇ ਹੋ ਕੇ ਰੋਡੀ ਗਏ। ਰੋਡਿਆਂ ਵਾਲਿਆਂ ਨੇ ਗਾਂਹ ਕਹਿਤਾ ਜੋਗਿੰਦਰ ਸਿੰਘ ਨੇ ਵੀ ਤੁਸੀਂ ਸਿੱਧੇ ਉੱਥੇ ਚੱਲੋ। ਉਹ ਖੇਤਾਂ ਖੁੱਤਾਂ ਵਿੱਚ ਵੀ ਹੋ ਕੇ ਹਰੀ ਕਪੱਤਾਂ ਰੋਕਿਆ ਹੋਇਆ ਸੀ, ਦਰਿਆ ਜਿੱਥੇ ਪਾਣੀ ਘੱਟ ਸੀ ਉਹਦੇ ਵਿੱਚ ਟੱਪ ਗਾਂ, ਫਿਰ ਫੌਜ ਵਗੈਰਾ ਸੀ, ਕਿਤੋਂ ਉਹਨੂੰ ਰੋਟੀ ਮਿਲ ਗਈ, ਕਿਤੋਂ ਲੱਸੀ ਮਿਲ ਗਈ। ਇਸ ਤਰ੍ਹਾਂ ਜਾਂਦੇ ਜਾਂਦੇ ਗਏ, ਪਰ ਰਾਹ ਦੇ ਵਿੱਚ ਸਿਰੇ ਕਾਹਦਾ ਪਹੁੰਚਣਾ ਸੀ, ਕੋਈ ਪੰਜੀ ਦਿਨ, ਕੋਈ ਛੇਵੀਂ ਦਿਨ, ਕੋਈ ਚੌਥੇ ਦਿਨ, ਪੈਰ ਸੁੱਜੇ ਹੋਏ ਉਹ ਵਾਪਸ ਆ ਗਏ, ਕਿਉਂਕਿ ਫੌਜ ਨੇ ਡਰਾਵਾ ਦਿੱਤਾ ਵੀ ਕਰਫਿਊ ਲੱਗਾ ਸੀ, ਗੋਲੀ ਚਲਾ ਲੈਂਗੇ, ਵਾਪਸ ਆ ਗਏ। ਅਤੇ ਉਸ ਤਰ੍ਹਾਂ ਦਾ ਹੋਰ ਰੌਲਾ ਰੱਪਾ ਜਿਹਾ ਅਸੀਂ ਤਾਂ ਸੁਣਦੇ ਸੀ। ਇਹਨਾਂ ਅੱਜ ਜਿੰਨਾ ਮੀਡੀਆ ਫਰੀ ਹੈ, ਉਦੋਂ ਇੰਨਾ ਮੀਡੀਆ ਫਰੀ ਨਹੀਂ ਸੀ ਹੁੰਦਾ, ਉਦੋਂ ਹੀ ਸਿਰਫ ਇਹ ਸਰਕਾਰ ਦਾ ਪ੍ਰੋਪੇਗੰਡਾ ਕਰਨ ਵਾਸਤੇ ਜੋ ਕੁਝ ਆ ਰਿਹਾ ਸੀ। ਗੱਲ ਇਹ ਅਸਲ ਵਿੱਚ ਇਹ ਸੀ ਵੀ ਮੁੱਢ ਤੋਂ ਕੀ ਸੀ, ਟਰਾਂਸਮੀਟਰ ਮੰਗਿਆ ਗਿਆ ਸੀ ਇੱਕ ਹਰਿਮੰਦਰ ਸਾਹਿਬ 'ਚ ਲਾਉਣ ਵਾਸਤੇ, ਚੰਡੀਗੜ੍ਹ ਪੰਜਾਬ ਨੂੰ ਦੇਣ ਵਾਸਤੇ ਕਿਹਾ ਗਿਆ ਸੀ। ਅੱਜ ਭਾਵੇਂ ਸਾਡੀ ਸਰਕਾਰ ਚੰਡੀਗੜ੍ਹ ਭੁੱਲ ਚੁੱਕੀ ਹੈ, ਅਕਾਲੀ ਸਰਕਾਰ ਜਿਨ੍ਹਾਂ ਨੇ ਉਦੋਂ ਮੋਰਚਾ ਲਾਇਆ ਸੀ, ਅੱਜ ਇਹ ਉਹਨੂੰ ਭੁੱਲ ਚੁੱਕੀ ਚੰਡੀਗੜ੍ਹ ਦਾ ਕੋਈ ਮਸਲਾ। ਅਤੇ ਅੱਜ ਉਹ ਟਰਾਂਸਮੀਟਰ ਵੀ ਲੱਗ ਗਿਆ, ਜੇ ਉਦੋਂ ਹੀ ਇਹ ਲਾ ਦਿੰਦੀ ਸਰਕਾਰ ਸੈਂਟਰ ਸਰਕਾਰ, ਤਾਂ ਫਿਰ ਕੀ ਫਰਕ ਪੈਂਦਾ ਸੀ। ਉਦੋਂ ਇੱਕ ਉਹਨਾਂ ਦੀ ਵੀ ਜਿੱਦ ਸੀ, ਇੱਕ ਉਹਨਾਂ ਨੂੰ ਮੈਂ ਸੀਗੀ। ਇੱਧਰੋਂ ਥੋੜ੍ਹਾ ਕਿ ਇਹ ਹੋ ਗਿਆ ਵੀ ਧਾਰਮਿਕ ਜਗ੍ਹਾ ਸੀ, ਮੇਰੀ ਸੋਚ ਅਨੁਸਾਰ ਪਿੰਡਾਂ ਵਾਲੇ ਨੂੰ ਉੱਥੇ ਨਹੀਂ ਸੀ ਬਹਿਣਾ ਚਾਹੀਦਾ। ਔਰ ਦੂਸਰੀ ਗੱਲ, ਸਰਕਾਰ ਦੀ ਐਡੀ ਵੱਡੀ ਗਲਤੀ, ਗੁਰੂ ਅਰਜਨ ਦੇਵ ਦੀ ਸ਼ਹੀਦੀ 'ਤੇ ਅਟੈਕ ਕਰਨਾ, ਇੱਦੋਂ ਮਾੜੀ ਘਟਨਾ ਕੋਈ ਹੋ ਨਹੀਂ ਸਕਦੀ। ਜੇ ਉਹਦੇ ਸ਼ਰਧਾਲੂ ਬਹੁਤ ਜ਼ਿਆਦਾ ਸੀ, ਹਜ਼ਾਰਾਂ 'ਚ 10 ਸ਼ਰਧਾਲੂ ਸੀਗੇ, ਚਲੋ ਉਹਦੇ ਘੇਰਾ ਵਗੈਰਾ ਪਾ ਕੇ, ਪਾਣੀ ਡਿਸਕਨੈਕਟ ਕਰਕੇ, ਬਿਜਲੀ ਦਾ ਕੱਟ ਕੇ, ਕੋਈ 100 ਪ੍ਰਕਾਰ ਦੇ ਹੋਰ ਬੰਦੋਬਸਤ ਕੀਤੇ ਜਾ ਸਕਦੇ ਸੀਗੇ। ਇਹ ਅਟੈਕ ਕਰਨ ਵਾਲੀ ਅੱਤ ਮਾੜੀ ਘਟਨਾ ਹੋਈ, ਉਹਦੇ ਸ਼ਰਧਾਲੂ ਬਹੁਤ ਜ਼ਿਆਦਾ ਮਾਰੇ ਗਏ, ਸਭ ਤੋਂ ਦੁੱਖ ਇਸ ਗੱਲ ਦਾ ਹੋਇਆ। ਅਤੇ ਸਭ ਤੋਂ ਵੱਡੀ ਗੱਲ ਜੋ ਮੇਰੀ ਸੋਚ, ਮੈਂ ਉਹ ਜ਼ਰੂਰ ਕਹੂੰਗਾ ਜਿੱਥੇ ਵੀ ਕੋਈ ਮੀਡੀਆ ਜੇ ਗੱਲ ਜਾਣੀ ਹੈ, ਤਾਂ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਪੰਜਾਂ ਪਿਆਰਿਆਂ ਨੇ ਕਿਹਾ ਸੀਗਾ ਵੀ ਤੁਹਾਨੂੰ ਗੜੀ ਛੱਡ ਦੇਣੀ ਚਾਹੀਦੀ ਹੈ, ਅਤੇ ਉਹਨਾਂ ਨੇ ਪੰਜਾਂ ਪਿਆਰਾਂ ਦੇ ਆਖਾਂ ਮੰਨ ਕੇ ਗੜੀ ਛੱਡ ਗਈ। ਉਦੋਂ ਬਾਅਦ ਉਹਨਾਂ ਨੇ ਲੰਬਾ ਸਫ਼ਰ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ, ਫਿਰ ਜਾ ਕੇ ਸਾਊਥ ਦੇ ਵਿੱਚ ਗਏ। ਉੱਥੇ ਜਾ ਕੇ ਫਿਰ ਉਹਨਾਂ ਨੇ ਆਪਣੀ ਅਗਲੀ ਕਾਰਵਾਈ ਬੰਦੇ ਬਹਾਦਰ ਨੂੰ ਭੇਜਿਆ, ਸਰਹੰਦ ਦਾ ਕੀ ਘਟਨਾ ਹੋਈ, ਇਤਿਹਾਸ ਹੋਰ ਦਾ ਹੋਰ ਹੋਗਾ। ਅਗਰ ਗੁਰੂ ਗੋਬਿੰਦ ਸਿੰਘ ਉਦੋਂ ਉਹ ਨਾ ਛੱਡਦੇ ਤਾਂ ਪਤਾ ਨਹੀਂ ਇਤਿਹਾਸ ਕੀ ਹੋਣਾ ਸੀ। ਜੇ ਉਦੋਂ ਪਿੰਡਾਂ ਵਾਲੇ ਵੀ ਪੰਜਾਂ ਪਿਆਰਿਆਂ ਦੇ ਆਖੇ ਇਸ ਤਰ੍ਹਾਂ ਘੁਰ ਕੇ ਛੱਡ ਜਾਂਦੇ, ਤਾਂ ਫਿਰ ਸ਼ਾਇਦ ਇਹ ਇੰਨੀ ਬੁਰੇ ਹਾਲ ਨਾ ਹੁੰਦੇ, ਜੋ ਪੰਜਾਬ ਦੇ ਬੁਰੇ ਹਾਲ ਹੋਏ, ਜੋ ਪੰਜਾਬ ਉੱਜੜਿਆ, ਜੋ ਘਰ ਉੱਜੜ ਗਏ, ਜੋ ਨਜਾਇਜ਼ ਮੁੰਡੇ ਮਾਰੇ ਗਏ, ਕੁਝ ਜਿਹੜੇ ਚੁਸਤ ਚਲਾਕ ਸੀਗੇ ਉਹਨਾਂ ਨੇ ਧਨ ਦੌਲਤ ਵੀ ਇਕੱਠਾ ਕਰ ਲਿਆ, ਫਿਰ ਬਾਹਰਲਿਆਂ ਦੇਸ਼ਾਂ 'ਚ ਭੱਜ ਕੇ ਆ ਗਏ, ਬਾਹਰਲਿਆਂ ਦੇਸ਼ਾਂ 'ਚ ਆ ਕੇ ਸਟੋਰ ਲੈ ਲਏ, ਬਿਜ਼ਨਸ ਲੈ ਲਏ, ਵੱਡੇ ਵੱਡੇ ਕੰਮ ਚਲਾ ਲਏ, ਗੁਰਦੁਆਰਿਆਂ 'ਤੇ ਆ ਕੇ ਕਬਜ਼ੇ ਕਰ ਲਏ, ਇੱਥੇ ਆ ਕੇ ਫਿਰ ਆਪਣੇ ਚੁਸਤ ਬੰਦੇ ਨੂੰ ਤਾਂ ਇਹ ਕਰ ਲਿਆ। ਜੋ ਸੱਚੇ ਸੁੱਚੇ ਨੇਕ ਇਨਸਾਨ ਸੀ ਉਹ ਮਾਰੇ ਗਏ, ਬਾਰਡਰ ਦਾ ਏਰੀਆ ਖਾਲੀ ਹੋ ਗਿਆ, ਗੱਭਰੂ ਕਿਤੇ ਬਚਿਆ ਕੋਈ ਨਹੀਂ। ਦਰਬਾਰ ਸਾਹਿਬ 'ਤੇ ਅਟੈਕ ਜਿਹੜਾ ਸੀਗਾ, ਉਹਨਾਂ ਨੂੰ ਇਹ ਹੋ ਗਿਆ ਵੀ ਇਹ ਹੁਣ ਖਾਲਿਸਤਾਨ ਦਾ ਇੱਥੋਂ ਐਲਾਨ ਕਰਨਗੇ ਅਤੇ ਪਾਕਿਸਤਾਨ ਉਹਨੂੰ ਮਾਨਤਾ ਦੇ ਦੂਗਾ, ਫਿਰ ਹਾਲਾਤ ਬਹੁਤ ਵਿਗੜ ਜਾਣਗੇ। ਇਹ ਜਾਣੀ ਸੈਂਟਰ ਦੇ ਕੰਨੀ ਗੱਲਾਂ ਭਰ ਦਿੱਤੀਆਂ ਗਈਆਂ, ਤਾਂ ਉਸ ਕਰਕੇ ਉਹਨਾਂ ਨੇ ਮਤਲਬ ਇਹ ਅਟੈਕ ਕੀਤਾ। ਕੁਝ ਉਹਦੇ ਵਿੱਚ ਜੋ ਅੱਜ ਅਖਬਾਰਾਂ 'ਚ ਆ ਰਿਹਾ ਸੀ, ਅਖਬਾਰਾਂ 'ਚ ਪੜ੍ਹ ਰਹੇ ਹਾਂ, ਵੱਡੇ ਵੱਡੇ ਲੇਖ, ਬੜੀਆਂ ਬੜੀਆਂ ਕਿਤਾਬਾਂ ਲਿਖ ਗਈਆਂ, ਉਸ ਮੌਕੇ ਦੀ ਜਿਹੜੀ ਅਕਾਲੀ ਸਰਕਾਰ ਸੀ ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਵੀ ਸਾਡੇ ਹੱਥੋਂ ਬਸ ਬਾਹਰ ਹੈ, ਅਤੇ ਤੂੰ ਸੈਂਟਰ ਸਰਕਾਰ ਜੋ ਮਰਜ਼ੀ ਕਰੇ। ਇਹਦਾ ਹੁਣ ਥਾਂ ਥਾਂ ਕਿਤਾਬਾਂ ਲਿਖੀਆਂ ਪਈਆਂ, ਅਖਬਾਰਾਂ 'ਚ ਆਇਆ ਪਿਆ ਹੈ, ਤਾਂ ਇਸ ਕਰਕੇ। ਪਰ ਮੇਰਾ ਦਿਲ ਅੰਤ ਤਾਂ ਹੀ ਨਹੀਂ ਸੀ ਮੰਨਦਾ ਵੀ ਕਦੇ ਵੀ ਸੈਂਟਰ ਸਰਕਾਰ ਜਿਹੜੀ ਹੈਗੀ ਆ, ਕਿਉਂਕਿ ਮੇਰੀ ਆਪਣੀ ਸੋਚ ਠੰਡੀ ਸੋਚ ਹੈ ਵੀ ਕਦੇ ਇਹੋ ਜਿਹਾ ਅਟੈਕ ਕਰੂਗੀ। ਬਹੁਤ ਮਾੜੀ ਗੱਲ ਹੋਈ ਹੈ ਜਿਹੜਾ ਅਟੈਕ ਕੀਤਾ ਹੈਗਾ, ਜੋ ਜਿਨ੍ਹਾਂ ਦੇ ਉੱਜੜੀ ਗਏ, ਘਰ ਹੀ ਬਰਬਾਦ ਹੋ ਗਏ, ਜਾਇਦਾਦਾਂ, ਇੱਕ ਮੱਥਾ ਟੇਕਣ ਗਏ ਲੋਕ ਹੀ ਮਾਰੇ ਗਏ, ਬੱਚੇ ਮਾਰੇ ਗਏ, ਬੁੜੀਆਂ ਮਾਰੀਆਂ ਗਈਆਂ। ਗਲਤ ਕੰਮ ਵੀ ਹੈ ਜੋ ਪ੍ਰੈਸ 'ਚ ਆਉਂਦਾ ਹੈਗਾ, ਉੱਥੇ ਗਲਤ ਕਾਰਵਾਈਆਂ ਵੀ, ਸ਼ਰਾਰਤੀ ਅਨਸਰ ਵੀ ਸੀਗਾ ਅੰਦਰ, ਉੱਥੇ
ਚਾਹੇ ਸਰਕਾਰ ਦਾ ਭੇਜਿਆ ਸੀ, ਚਾਹੇ ਆਪਣੇ ਆਪ ਸੀ, ਚਾਹੇ ਕਿਸੇ ਦੀ ਸ਼ਹਿ ਸੀ, ਉਹ ਵੀ ਸੀਗਾ ਜੋ ਲੁੱਟਾਂ ਖੂਹਾਂ ਕਰਕੇ ਅਤੇ ਉੱਥੇ ਚਲੇ ਜਾਂਦੇ ਸੀ, ਜਾਂ ਕਿਸੇ ਨੂੰ ਕਹਿੰਦੇ ਇੰਨੇ ਪੈਸੇ ਦੇ ਦਿਓ ਅਤੇ ਉੱਥੇ ਆ ਕੇ ਇਹੋ ਜਿਹਾ ਸਰਕਾਰ ਨੇ ਬੜਾ ਪ੍ਰੋਪੇਗੰਡਾ ਕਰਤਾ ਵੀ ਉੱਥੇ ਆਏ ਆ ਉਹ ਪੈਸੇ ਖੋਹ ਕੇ ਲੈ ਜਾਂਦੇ ਆ, ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਆ, ਇਹੋ ਜਿਹੇ ਹਾਲਾਤ ਜੇ ਬਣਾ ਤੇ ਬਹੁਤ ਕੋਈ ਵੀ ਆਪਣੇ ਘਰ ਦੇ ਵਿੱਚ ਸ਼ਾਂਤੀ ਨਾਲ ਜ਼ਿੰਦਗੀ ਨਹੀਂ ਸੀ ਜਿਉਂਦਾ। ਸਾਨੂੰ ਉਦੋਂ ਸ਼ਾਕ ਤਾਂ ਹਰ ਸਿੱਖ ਨੂੰ ਲੱਗਣਾ ਸੀ, ਸਦਮਾ ਤਾਂ ਹਰ ਕਿਸੇ ਨੂੰ ਲੱਗਣਾ ਸੀ, ਕਿਉਂਕਿ ਭਾਈ ਨਾ ਭਾਈ ਲੜ ਰਿਹਾ ਸੀ, ਭਾਈ ਨਾ ਭਾਈ ਕਿਵੇਂ ਇੱਕ ਪਾਸੇ ਤੋਂ ਡਾਂਗਾ ਸੋਟਾ ਚੁੱਕ ਕੇ ਘਰਾਂ 'ਚ ਚਲੇ ਗਏ ਅਤੇ ਇੱਕ ਪਾਸੇ ਉਹਨਾਂ ਦਾ ਕੋਈ ਭੈਣ ਭਾਈ ਜਿਹੜਾ ਸੀਗਾ ਉਹ ਫੌਜ ਦੇ ਵਿੱਚ ਸੀ। ਇੱਕ ਫੌਜੀ ਜਵਾਬ ਨਹੀਂ ਦੇ ਸਕਦਾ ਆਪਦੇ ਮੁਖੀ ਨੂੰ, ਕਿਉਂਕਿ ਫੌਜੀਆਂ ਦੇ ਅਧਿਕਾਰ ਸਰਕਾਰ ਨੇ ਖੋਹੇ ਹੁੰਦੇ ਆ। ਫੌਜੀ ਕੋਲ ਕੋਈ ਜਿਵੇਂ ਬਾਕੀ ਹਰ ਸ਼ਹਿਰੀ ਦੇ ਅਧਿਕਾਰ ਹੈ, ਜੇ ਡਿਊਟੀਆਂ ਤਾਂ ਅਧਿਕਾਰ ਵੀ ਹੈ, ਪਰ ਫੌਜੀ ਦੇ ਅਧਿਕਾਰ ਸਰਕਾਰ ਨੇ ਖੋਹੇ ਹੁੰਦੇ ਆ, ਉਹ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦਾ। ਫੌਜੀ ਜਵਾਬ ਨਹੀਂ ਦੇ ਸਕਦਾ ਕੋਈ ਵੀ ਕਿਸੇ ਦੇ ਅਹੁਦੇ 'ਤੇ, ਉਹਨੇ ਉੱਪਰਲੇ ਦਾ ਹੁਕਮ ਮੰਨਣਾ। ਅਤੇ ਇੱਕ ਭਰਾ ਤਾਂ ਉਹ ਸੀਗਾ ਜਿਹੜਾ ਫੌਜ ਵੱਲੋਂ ਮਜਬੂਰੀ ਵਸ ਲੜਦਾ ਹੀ ਰੋਂਦਾ ਵੀ ਸੀਗਾ, ਇੱਕ ਉਹਦਾ ਭਰਾ ਦੂਸਰਾ ਜਿਹੜਾ ਸੀਗਾ ਕੋਈ ਡਾਂਗ ਸੋਟਾ ਚੁੱਕ ਕੇ ਜਿੰਨੀ ਕੁ ਉਹਦੀ ਪਹੁੰਚ ਸੀ ਉਹ ਉੱਥੇ ਗਿਆ ਹੋਇਆ ਸੀਗਾ। ਦੁੱਖ ਤਾਂ ਹੋਣਾ ਹੀ ਹੋਣਾ ਸੀਗਾ, ਧਾਰਮਿਕ ਥਾਂ ਸੀ, ਸਾਡਾ ਕੇਂਦਰ ਹੈ, ਸਿੱਖ ਧਰਮ ਦਾ ਕੇਂਦਰ ਹੈ, ਦੁੱਖ ਤਾਂ ਹੋਣਾ ਹੀ ਸੀ, ਮਜਬੂਰੀ ਸੀ। ਸਾਰੇ ਹੀ ਉਦੋਂ ਅੱਤ ਦੇ ਦੁਖੀ ਸੀ, ਕੁਝ ਸ਼ਰਾਰਤੀ ਲੋਕ ਵੀ ਸੀਗੇ ਜਿਹੜੇ ਮੈਂ ਸੁਣੇ ਆ, ਉਹਨਾਂ 'ਚੋਂ ਦੋ ਤਿੰਨ ਕੁ ਸ਼ਰਾਰਤੀ ਉਹ ਗਏ ਵੀ ਨਹੀਂ ਕਿਤੇ ਡਾਂਗ ਸੋਟਾ ਚੱਕ ਕੇ ਦਰਬਾਰ ਸਾਹਿਬ ਨਹੀਂ ਗਏ, ਤਾਂ ਉਹ ਆਪਸ ਵਿੱਚ ਸਲਾਹ ਕਰਦੇ ਸੀ ਆਪਾਂ ਕਿ ਪਿੰਡੋਂ ਹੀ ਕਾਰਵਾਈ ਸ਼ੁਰੂ ਕਰ ਦਈਏ। ਇੱਕ ਜਣਾ ਦੂਸਰੇ ਨੂੰ ਕਹਿੰਦਾ, ਅੱਜ ਕੱਲ੍ਹ ਤਾਂ ਦੋਨੋਂ ਮਰ ਚੁੱਕੇ ਆ, ਉਹ ਕਹਿੰਦਾ ਕੀ ਕਰੀਏ, ਉਹ ਕਹਿੰਦਾ ਚੱਲ ਫਿਰ ਪਹਿਲਾਂ ਪੰਡਤਾਂ 'ਤੇ ਹੱਥ ਸੁੱਚੇ ਕਰੀਏ ਵੀ ਇੱਥੋਂ ਹੀ ਮਾਰਨੇ ਸ਼ੁਰੂ ਕਰ ਦੇ, ਵੀ ਮਾਰਨੇ ਸ਼ੁਰੂ ਕਰ ਦਈਏ। ਇਹ ਉਹਨਾਂ ਦੀ ਸੋਚ ਸੀ, ਉਹ ਲੋਕ ਸ਼ਰਾਰਤੀ ਸੀ, ਉਹਨਾਂ ਨੂੰ ਧਰਮ ਦਾ ਗਿਆਨ ਕੋਈ ਨਹੀਂ ਸੀ, ਉਸ ਤਰ੍ਹਾਂ ਜਿਵੇਂ ਕੋਈ ਅੰਧ ਵਿਸ਼ਵਾਸੀ ਕੋਈ ਕਰਦਾ ਹੈ, ਪਰ ਉਹ ਬਚਤ ਰਹਿ ਗਈ ਸੀ, ਕੀਤਾ ਨਹੀਂ ਸੀ ਕੁਛ ਉਹਨਾਂ ਨੇ। ਇਸ ਤਰ੍ਹਾਂ ਦੇ ਵੀ ਲੋਕ ਸੀਗੇ, ਲੁੱਟਾਂ ਖੋਹਾਂ ਕਰ ਲੈਂਦੇ ਸੀ, ਸਰੀਫ ਲੋਕਾਂ ਨੂੰ ਤੰਗ ਕਰਦੇ ਸੀ, ਕੰਧਾਂ ਟੱਪ ਕੇ ਚਲੇ ਜਾਂਦੇ ਸੀਗੇ, ਕੋਈ ਵੀ ਆਪਣੇ ਆਪ ਨੂੰ ਬੇਫਿਕਰ ਹੋ ਕੇ ਸੌ ਨਹੀਂ ਸੀ ਸਕਦਾ। ਇਸ ਤਰ੍ਹਾਂ ਨਹੀਂ ਮੈਂ ਨਹੀਂ ਕਿਹਾ, ਕਿਉਂਕਿ ਕੁਝ ਨਾ ਕੁਝ ਜਿਹੜਾ ਉਸ ਮੌਕੇ ਟੀਵੀਆਂ 'ਤੇ ਦਿਖਾ ਰਹੇ ਸੀ, ਕੁਝ ਸਰਕਾਰੀ ਪ੍ਰਚਾਰ ਹੋ ਰਿਹਾ ਸੀ ਉਸ ਮੌਕੇ, ਅਤੇ ਉਦੋਂ ਬਾਅਦ ਦੇ ਵਿੱਚ ਕੁਝ ਦਿਨ ਤਾਂ ਜਿਹੜੇ ਬੜੇ ਲਿਮਟ ਦੇ ਵਿੱਚ ਹੀ ਜਾਂਦੇ ਸੀਗੇ, ਉਹਨਾਂ ਗਾਰਡਾਂ ਦੀ ਛਤਰ ਛਾਇਆ ਹੇਠ ਹੀ ਜਾਂਦੇ ਸੀ ਅੰਦਰ, ਅਤੇ ਪਰ ਮੈਂ ਨਹੀਂ ਸੀ ਗਿਆ ਗਾ। ਕੱਲ ਤੱਕ ਤਾਂ ਉਹ ਦਿਖਾਉਂਦੇ ਸੀ ਵੀ ਥੋੜ੍ਹਾ ਬਹੁਤਾ ਹੀ ਨੁਕਸਾਨ ਹੈ, ਬਹੁਤਾ ਨਹੀਂ, ਕੋਈ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨੂੰ ਗੋਲੀਆਂ ਵਗੈਰਾ ਵਾਲਾ ਨਹੀਂ ਸੀ ਦਿਖਾਉਂਦੇ ਜੇ, ਉਹ ਕਹਿੰਦੇ ਹਰਿਮੰਦਰ ਸਾਹਿਬ ਫੌਜੀਆਂ ਨੂੰ ਵੀ ਬੁਲਾਇਆ ਜਾਂਦਾ ਸੀ, ਜਿਸ ਦਾ ਕਿਰਪਾਲ ਸਿੰਘ ਵੀ ਬੋਲਿਆ ਸੀ ਵੀ ਕੋਈ ਬਹੁਤਾ ਨੁਕਸਾਨ ਨਹੀਂ ਗਾ, ਥੋੜ੍ਹਾ ਉਹਨਾਂ ਨੂੰ ਬੁਲਾਇਆ ਗਿਆ ਸੀ। ਕੁਦਰਤੀ ਹੈ, ਸਰਕਾਰੀ ਮੀਡੀਆ ਨੇ ਆਪਦੀ ਮਰਜ਼ੀ ਦਾ ਹੀ ਦਿਖਾਉਣਾ ਸੀ, ਸਰਕਾਰੀ ਮੀਡੀਆ ਨੇ ਫਿਰ ਦੂਸਰਿਆਂ ਦਾ ਤਾਂ ਦਿਖਾਉਣਾ ਕੁਝ ਨਹੀਂ ਸੀਗਾ, ਮੀਡੀਆ 'ਤੇ ਸਾਰੇ 'ਤੇ ਕੰਟਰੋਲ ਹੀ ਸਰਕਾਰੀ ਸੀ ਉਸ ਮੌਕੇ, ਹੁਣ ਵਾਲਾ ਤਾਂ ਸਮਾਂ ਹੈ ਨਹੀਂ ਸੀ। ਜਿਸ ਮੌਕੇ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਦਿਨ ਸਾਡੇ ਟੂਰਨਾਮੈਂਟ ਹੋ ਰਹੇ ਸੀ ਬੱਚਿਆਂ ਦੇ ਫਰੀਦਕੋਟ, ਉਦੋਂ ਮੈਂ ਮਿਡਲ ਸਕੂਲ ਦਾ ਮੁਖੀ ਸੀ, ਅਸੀਂ ਆਪਣੀ ਟੀਮ ਲੈ ਕੇ ਗਏ ਹੋਏ ਸੀ, ਉਹ ਟੂਰਨਾਮੈਂਟਾਂ ਵੇਲੇ ਸਾਨੂੰ ਉੱਥੇ ਪਤਾ ਲੱਗਾ ਵੀ ਇੰਦਰਾ ਗਾਂਧੀ ਮਾਰੀ ਗਈ, ਅਤੇ ਉਹ ਟੂਰਨਾਮੈਂਟ ਬੰਦ ਕਰ ਦਿੱਤਾ ਅਤੇ ਸਾਰਿਆਂ ਨੂੰ ਕਹਿਤਾ ਵੀ ਬੱਚੇ ਲੈ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਓ। ਅਸੀਂ ਉਹਨਾਂ ਨੂੰ ਬੱਚਿਆਂ ਨੂੰ ਆਪੋ ਆਪਣੇ ਲੈ ਕੇ ਕੋਈ ਬੱਸਾਂ 'ਤੇ ਬਾ ਕੇ ਆਪੋ ਆਪਣੇ ਸਕੂਲਾਂ ਨੂੰ ਲੈ ਗਏ, ਅਤੇ ਫਿਰ ਉਹਦੇ ਨਾਲ ਅਰਾਜਕਤਾ ਫੈਲਣੀ ਸੀ, ਪਰ ਅਸੀਂ ਪੰਜਾਬ ਸੀ, ਉਹ ਦਿੱਲੀ ਦੇ ਵਿੱਚ ਸੀਗੀ, ਉਹੋ ਜਿਹੀ ਤਾਂ ਕੋਈ ਪਿੰਡ 'ਚ ਇਹੋ ਜਿਹੀ ਕੋਈ ਮਤਲਬ ਮਾੜਾ ਹੈਪਨ ਹੋਣ ਦੀ ਤਾਂ ਕੋਈ ਡਰ ਨਹੀਂ ਸੀਗਾ। ਇਸ ਇਹ ਉਦੋਂ ਕੋਈ ਮੇਰਾ ਖਿਆਲ ਇੱਕ ਦੋ ਦਿਨ ਬਾਅਦ 'ਚ ਪਤਾ ਲੱਗਾ, ਉਸ ਮੌਕੇ ਨਹੀਂ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੀਡੀਆ ਬਹੁਤਾ ਆਜ਼ਾਦ ਨਹੀਂ ਸੀ, ਉਹ ਕੁਝ ਹੀ ਉਹਨਾਂ ਨੇ ਦੱਸਣ ਆਉਣਾ ਸੀ ਜੋ ਸਰਕਾਰੀ ਖਬਰਾਂ ਸੀਗੀਆਂ, ਅਤੇ ਇਹ ਉਸ ਮੌਕੇ ਨਾਲ ਦੀ ਨਾਲ ਨਹੀਂ ਬਹੁਤਾ ਪਤਾ ਲੱਗਾ, ਅਤੇ ਬਾਅਦ ਦੇ ਵਿੱਚ ਪਤਾ ਲੱਗਾ ਸੀਗਾ ਇਸ ਕਰਕੇ। ਜਾਂ ਦੂਸਰੇ ਤੋਂ ਜਿਵੇਂ BBC ਦੀਆਂ ਖਬਰਾਂ ਅਸੀਂ ਰੇਡੀਓ 'ਤੇ ਸੁਣਦੇ ਹੁੰਦੇ ਸੀ, ਉਦੋਂ BBC ਤੋਂ ਖਬਰਾਂ ਬਹੁਤ ਆ ਰਹੀਆਂ ਸੀਗੀਆਂ, ਜ਼ਿਆਦਾ ਪਾਕਿਸਤਾਨ ਬਹੁਤ ਪ੍ਰਚਾਰ ਕਰ ਰਿਹਾ ਸੀਗਾ ਉਦੋਂ, ਉਹਦਾ ਉਹਨਾਂ ਦਾ ਵੀ ਰੇਡੀਓ ਵਗੈਰਾ ਚੱਲਦਾ ਹੁੰਦਾ ਸੀ, ਟੈਲੀਵਿਜ਼ਨ 'ਤੇ ਤਾਂ ਨਹੀਂ ਸੀ ਆਉਂਦਾ ਇਹਨਾਂ ਦਾ ਕਿਸੇ ਦਾ, ਟੈਲੀਵਿਜ਼ਨ 'ਤੇ ਤਾਂ ਇਕੱਲਾ ਸਾਡਾ ਆਪਣਾ ਹੀ ਸੀ ਜਲੰਧਰ ਵਾਲਾ ਲਿਮਿਟਡ ਜਿਹਾ ਚੱਲਦਾ ਹੁੰਦਾ ਸੀਗਾ, ਅਤੇ ਇਹ ਰੇਡੀਓ 'ਤੇ ਹੁੰਦਾ ਸੀਗਾ, BBC ਬਹੁਤ ਮਤਲਬ ਇਹ ਦੱਸਦਾ ਸੀ ਲੋਕਾਂ ਨੂੰ, ਹਾਂ ਰੇਡੀਓ 'ਤੇ ਦੱਸਦੇ ਸੀ, ਰੇਡੀਓ 'ਤੇ ਦੱਸਦੇ ਸੀ। ਸਾਨੂੰ ਦੁੱਖ ਲੱਗਣਾ ਸੀ, ਪਰ ਜਿੱਥੋਂ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਨਾ ਵੀ ਹਰ ਬੰਦੇ ਦੀ ਸੋਚ ਹੈ, ਤਾਂ ਮੇਰੀ ਸੋਚ ਇਹ ਵੀ ਸੀਗਾ ਵੀ ਉਹ ਸਾਡੇ ਬਾਡੀਗਾਰਡਾਂ ਨੂੰ ਵੀ ਇੰਦਰਾ ਗਾਂਧੀ ਨਹੀਂ ਮਾਰਨੀ ਚਾਹੀਦੀ ਸੀ। ਜਦ ਮੈਂ ਆਪਣੀ ਲਾਈਫ ਤੁਹਾਡੇ ਸਪੁਰਦ ਕਰਦਾ ਵੀ ਤੁਸੀਂ ਗੰਨ ਚੁੱਕ ਕੇ ਮੇਰੀ ਰਾਖੀ ਕਰੋ, ਅਤੇ ਮੈਨੂੰ ਹੋਰ ਤਾਂ ਕੋਈ ਮਾਰ ਦੇਵੇ, ਤੁਹਾਡਾ ਹੱਕ ਨਹੀਂ ਮਾਰਨ ਦਾ ਬਣਦਾ,
ਉਹ ਠੀਕ ਸੀ, ਯੰਗ ਏਜ ਦੇ ਸੀ। ਜਦੋਂ ਦਰਬਾਰ ਸਾਹਿਬ ਆਏ, ਉਹਨਾਂ ਢਹਿ ਢੇਰੀ ਅਕਾਲ ਤਖ਼ਤ ਦੇਖਿਆ, ਉਹਨਾਂ ਦੇ ਮਨ ਸ਼ਾਂਤ ਹੋ ਗਏ, ਅਜਿਹੀ ਸ਼ਾਂਤੀ ਆਈ, ਬੁਰਾ ਹਾਲ ਹੋ ਗਿਆ ਉਹਨਾਂ ਦਾ, ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ। ਨਵਾਂ ਖੂਨ ਸੀ, ਜਿਹੜੀ ਵੱਡੀ ਉਮਰ ਹੁੰਦੀ ਆ 100 ਪ੍ਰਕਾਰ ਦੀਆਂ ਗੱਲਾਂ ਸਹਿਨਸ਼ੀਲ ਕਰ ਲੈਂਦੀ ਹੈ, ਪਰ ਜੋ ਮੇਰੀ ਸੋਚ ਅੱਜ ਵੀ ਮੈਂ ਇਸ ਗੱਲ ਦੇ ਹੱਕ 'ਚ ਹਾਂ, ਇੱਕ ਬਾਡੀਗਾਰਡ ਨੂੰ ਖੇਤ ਨੂੰ ਵਾੜਨ ਨੂੰ ਨਹੀਂ ਖਾਣਾ ਚਾਹੀਦਾ ਗਾ। ਬਾਡੀਗਾਰਡ ਨੂੰ ਇਹ ਨਹੀਂ ਸੀ ਕਰਨਾ, ਉਹ ਇਹਦਾ ਰਿਜ਼ਲਟ ਜ਼ਰੂਰ ਦੇਖਦੇ ਵੀ ਕੀ ਹੋਇਆ, ਕੀ ਹੋਇਆ ਉਹਦਾ ਰਿਜ਼ਲਟ। ਸਾਰਾ ਪੰਜਾਬ ਨਹੀਂ, ਕਿੰਨਾ ਕਾਨਪੁਰ ਅਤੇ ਕਿੰਨੇ ਹੋਰ ਥਾਂ ਉੱਜੜ ਹੀ ਗਏ, ਸੈਂਕੜਿਆਂ ਦੀ ਤਾਦਾਦ 'ਚ, ਹਜ਼ਾਰਾਂ ਦੀ ਤਾਦਾਦ, ਟਾਇਰ ਪਾ ਪਾ ਕੇ ਸਾੜ 'ਤੇ, ਜ਼ਿਆਦਾ ਤਾਂ ਕਰੋੜਾਂ ਅਰਬ, ਉਹ ਤਾਂ ਉੱਜੜੇ ਹੋਏ ਲੋਕ ਅੱਜ ਤੀਕ ਨਹੀਂ ਵਸੇ। ਅੱਗੋਂ ਪਿੱਛੋਂ ਕੋਈ ਹੋਰ ਹੋਰ ਕੋਈ ਕਾਰਵਾਈ ਕਰ ਦਿੰਦਾ ਤਾਂ ਕੋਈ ਇਹਦੇ 'ਚ ਮੈਂ ਮਾੜਾ ਨਹੀਂ ਸੀ ਸਮਝਦਾ, ਪਰ ਇਹ ਠੀਕ ਆ, ਸਾਡੇ ਸਾਰੇ ਲੋਕ ਗੱਲ ਕਹਿੰਦੇ ਆ। ਮੇਰੀ ਨਿੱਜੀ ਸੋਚ ਹੈ ਵੀ ਬਾਡੀਗਾਰਡ ਨੂੰ ਜਿਹੜਾ ਮਾਰਨਾ ਹੈ, ਜਿਹਦੇ ਸਪੁਰਦ ਅਸੀਂ ਆਪਣੇ ਆਪ ਦੀ ਜ਼ਿੰਦਗੀ ਕੀਤੀ ਹੈ, ਉਹਨੂੰ ਇਹ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ। ਉਹਨੂੰ ਰਿਜ਼ਲਟ ਦੇਖਣਾ ਚਾਹੀਦਾ ਸੀ, ਕਿਉਂਕਿ ਇਕੱਲਾ ਰਿਜ਼ਲਟ ਉਹਨਾਂ 'ਤੇ ਨਹੀਂ ਸੀ ਪੈਣਾ, ਉਹ ਰਿਜ਼ਲਟ ਨੇ ਇਹ ਵੀ ਦੇਖਣਾ ਸੀ ਵੀ ਜਿੱਥੇ ਜਿੱਥੇ ਸਿੱਖ ਭਾਈਚਾਰਾ ਕੀ ਹੋਊਗਾ। ਉਹ ਉੱਜੜੇ ਹੋਏ ਪਹਿਲਾਂ ਬੜੀ ਦੁਨੀਆ ਜਿਹੜੀ 47 'ਚ ਉੱਜੜ ਕੇ ਦਿੱਲੀ ਆ ਗਈ, ਘਰ ਘਾਟ ਗੁਆ ਕੇ ਪਾਕਿਸਤਾਨ 'ਚ ਆ ਗਈ, ਸਿਆਸਤ ਦੀ ਭੇਟ ਚੜ੍ਹ ਗਈ, ਫਿਰ 84 ਵੇਲੇ ਉਹ ਵਿਚਾਰੇ ਫਿਰ ਉੱਜੜ ਗਏ, ਅੱਜ ਦੀ ਉੱਜੜੇ ਫਿਰਦੇ ਆ, ਜਿਹਨਾਂ ਦੇ ਕਿੱਡੇ ਕਿੱਡੇ ਵੱਡੇ ਵੱਡੇ ਕੰਮ, ਕਰੋੜਾਂ ਰੁਪਈਆਂ ਦੀਆਂ ਉਹਨਾਂ ਨੇ ਜਾਇਦਾਦਾਂ ਬਰਬਾਦ, ਪਰਿਵਾਰਾਂ ਦੇ ਪਰਿਵਾਰ ਸਾੜਤੇ ਉਹਨਾਂ ਦੇ, ਉਹਨਾਂ ਦਾ ਕੀ ਕਸੂਰ ਸੀ ਇਹਦੇ 'ਚ? ਇਸੇ ਬਦਲੇ 'ਚ ਹੀ ਸਾੜਤੇ, ਔਰ ਉਹਨਾਂ ਨੂੰ ਵੀ ਮੌਕਾ ਮਿਲ ਗਿਆ, ਚਾਹੇ ਉਹਦੇ 'ਚ ਕਿਸੇ ਨੇ ਗਾਈਡ ਕੀਤਾ, ਚਾਹੇ ਉਹ ਸ਼ਰਾਰਤੀ ਅਨਸਰ ਇਕੱਠਾ ਹੋਇਆ, ਲੁੱਟਾਂ ਖੋਹਾਂ ਸੀਗਾ, ਕਿਉਂਕਿ ਪਾਕਿਸਤਾਨ ਬਣਿਆ ਉਦੋਂ ਉੱਜੜਿਆ, ਉਹ ਵੀ ਅਸੀਂ ਦੇਖਿਆ, ਉਹਦੇ ਵਿੱਚ ਤਾਂ ਬਹੁਤ ਸ਼ਰਾਰਤੀ ਸੀ, ਕੋਈ ਬੱਕਰੀ ਖੋਲ੍ਹ ਕੇ ਲੈ ਜਾਂਦਾ ਸੀ, ਕੋਈ ਇਹਦੀ ਘੋੜੀ ਖੋਲ੍ਹ ਕੇ ਲੈ ਜਾਂਦਾ, ਕੋਈ ਕਿਸੇ ਦੀ ਕੁੜੀ ਬੁੜੀ ਚੁੱਕ ਕੇ ਲੈ ਜਾਂਦਾ ਸੀ, ਬਹੁਤ ਸ਼ਰਾਰਤੀ ਸੀ, ਸਿਨਸੀਅਰ ਬਹੁਤੇ ਉਦੋਂ ਵੀ ਨਹੀਂ ਸੀਗੇ ਲੋਕ। ਇਹਦੇ 'ਚ ਵੀ ਹੁਣ ਸੀਗੇ ਕੋਈ, ਮਤਲਬ ਸਿਆਸੀ ਤੌਰ 'ਤੇ ਵੀ ਹੋਈ ਹੈ, ਪਰ ਉਹਦੇ 'ਚ ਸ਼ਰਾਰਤੀ ਲੋਕ ਬਹੁਤ ਸੀਗੇ, ਜਿਹੜੇ ਸ਼ਰਾਰਤੀ ਲੁੱਟਾਂ ਖੋਹਾਂ ਵਾਲੇ ਸੀਗੇ, ਜਿਨ੍ਹਾਂ ਨੇ ਮਾਰਨ 'ਚ ਅੰਧ ਵਿਸ਼ਵਾਸੀ ਲੋਕ ਸੀ। ਕਿੱਡੀ ਅਣ ਮਨੁੱਖੀ ਗੱਲ ਹੈ ਕਿਸੇ ਨੂੰ ਗਲ ਦੇ ਵਿੱਚ ਟਾਇਰ ਪਾ ਕੇ ਸਾੜਨਾ, ਇੱਦੂ ਗਈ ਗੁਜ਼ਰੀ ਨਹੀਂ ਹੋ ਸਕਦੀ, ਕੋਈ ਉੱਜੜ ਗਏ ਵਿਚਾਰੇ, ਉਹ ਅਜੇ ਵੀ ਉੱਜੜੇ ਫਿਰਦੇ ਆ। ਇੰਦਰਾ ਗਾਂਧੀ ਨੂੰ ਅਸਲ ਵਿੱਚ ਨਾ, ਮੇਰੀ ਸੋਚ ਅਨੁਸਾਰ ਇੰਦਰਾ ਗਾਂਧੀ ਐਡੀ ਮਾੜੀ ਨਹੀਂ ਸੀ। ਇੰਦਰਾ ਗਾਂਧੀ ਨੂੰ ਗੁੰਮਰਾਹ ਕੀਤਾ ਗਿਆ ਉਹਦੇ ਸਲਾਹਕਾਰਾਂ ਨੇ, ਉਹ ਸਲਾਹਕਾਰਾਂ ਨੇ ਗੁੰਮਰਾਹ ਕਰਕੇ, ਅਤੇ ਕੁਝ ਤਾਂ ਇਹ ਸੀਗਾ ਵੀ ਇਹ ਜਿਹੜਾ ਅਟੈਕ ਹੈਗਾ ਇਹ ਬਹੁਤਾ ਨਹੀਂ ਚਿਰ ਚੱਲੂਗਾ, 2-3 ਘੰਟੇ ਦੇ ਵਿੱਚ ਹੀ ਸਾਰਾ ਠੀਕ ਹੋ ਜਾਊਗਾ, ਅਤੇ ਉਹ ਤਾਂ ਬਹੁਤ ਲੰਬਾ ਹੋ ਗਿਆ। ਹੁਣ ਤਾਂ ਉਮੀਦ ਹੀ ਸੀ ਜੋ ਫੌਜ ਨੇ ਕਰ ਲਿਆ ਵੀ ਇਹਨਾਂ ਕੋਲ ਕੀ ਮਾੜੇ ਮੋਟੇ ਦੇਸੀ ਹੋਣਗੇ, ਤਾਂ ਉਹਦੇ 'ਚ ਉਹਨਾਂ ਨੂੰ ਉਮੀਦ ਹੀ ਨਹੀਂ ਸੀ ਇਸ ਗੱਲ ਦੀ ਵੀ ਹੋ ਸਕਦਾ ਫੌਜ ਨੂੰ ਡਰਦੇ ਹੀ ਆਤਮ ਸਮਰਪਣ ਕਰ ਦੇਣ, ਤਾਂ ਉਹ ਲੜਾਈ ਬੜੀ ਲੰਬੀ ਹੋ ਗਈ। ਲੜਾਈ ਬੜੀ ਲੰਬੀ 'ਚ ਫੌਜ ਦਾ ਨੁਕਸਾਨ ਹੋ ਗਿਆ, ਫੌਜ ਦਾ ਨੁਕਸਾਨ ਹੋ ਕੇ ਉਹਨਾਂ ਨੇ ਥੋੜ੍ਹਾ ਦੇਖਿਆ ਫਿਰ ਕਿਸੇ ਨੂੰ, ਕੋਈ ਕਿਸੇ ਨੂੰ ਨਹੀਂ ਬਖਸ਼ਿਆ ਉਹਨਾਂ ਨੇ। ਅਕਾਲ ਤਖ਼ਤ ਦਾ ਤਾਂ ਬੁਰਾ ਹਾਲ ਹੋ ਗਿਆ ਸੀਗਾ, ਜਦੋਂ ਬਾਅਦ ਦੇ ਵਿੱਚ ਕਲੀਅਰ ਪਿਕਚਰ ਆਉਣ ਲੱਗੀ ਹੈ, ਜਦੋਂ ਬਹੁਤ ਮਾੜੀ ਸੀ। ਸਭ ਤੋਂ ਦਿੱਲੀ ਬਹੁਤ ਦੂਰ ਹੈ, ਅਸੀਂ ਪੰਜਾਬ ਦੇ ਵਿੱਚ ਸੀਗੇ, ਸਾਡਾ ਉਸ ਨੂੰ ਨਾ ਕੋਈ ਰਿਸ਼ਤੇਦਾਰੀ 'ਚੋਂ ਨਾ ਕੋਈ ਕਨੈਕਸ਼ਨ ਨਹੀਂ ਸੀ ਕਿਸੇ ਪ੍ਰਕਾਰ ਦਾ। ਔਰ ਮੈਨੂੰ ਤਾਂ ਇੱਕ ਪਤਾ ਹੈ ਵੀ ਉਹ ਕੁੜੀ ਸੀ ਇੱਕ ਕੋਈ ਉੱਥੋਂ ਉੱਜੜ ਕੇ ਆਈ ਵਿਚਾਰੀ, ਉਹ ਬਾਅਦ ਦੇ ਵਿੱਚ ਬਾਲਗ ਸਿੱਖਿਆ ਦੇ ਵਿੱਚ ਸਾਡੇ ਉੱਥੇ ਆ ਗਈ ਸੀਗੀ, ਅਤੇ ਬਾਲਗ ਸਿੱਖਿਆ ਦੇ ਵਿੱਚ ਪਿੰਡ ਜਾਂਦੀ ਸੀ, ਉਹਦੀ ਜਿੰਨੀ ਕੁ ਮਾੜੀ ਮੋਟੀ ਥੋੜ੍ਹੇ ਕੁ ਪੈਸੇ ਸਰਕਾਰ ਉਦੋਂ ਦਿੰਦੀ ਸੀ, ਉਹ ਮਾੜਾ ਮੋਟਾ ਸਾਡੇ ਕੋਲ ਆਉਂਦੀ ਸੀ, ਆਪਦੇ ਪਰਿਵਾਰ ਦਾ ਹਾਲ ਚਾਲ ਦੱਸਦੀ ਹੁੰਦੀ ਸੀ, ਉਹਦੇ ਨਾਲ ਜਿੰਨੀ ਕੁ ਸਾਡੇ ਸਕੂਲ ਵੱਲੋਂ ਕਰ ਸਕਦੇ ਸੀ ਹਮਦਰਦੀ ਅਸੀਂ ਕਰਦੇ ਸੀ ਵਿਚਾਰੀ ਨਾਲ। ਜੋ ਵਾਇਲੈਂਸ ਸੀਗਾ ਇਹਦੇ 'ਚ, ਜੋ ਮਤਲਬ ਅੱਜ ਤਾਂ ਬਹੁਤ ਜ਼ਿਆਦਾ ਮੀਡੀਆ ਹੈਗਾ ਇਹਦੇ 'ਚ, ਤਾਂ ਹੈਗਾ ਵੀ ਜੋ ਸਰਕਾਰੀ ਮਤਲਬ ਜਿਹਨਾਂ ਬੰਦਿਆਂ ਦੇ ਨਾਮ ਆਉਂਦੇ ਆ, ਪਰ ਮੈਂ ਕਹਿੰਦਾ ਵੀ ਉਹਦੇ 'ਚ ਗੁੰਡਾ ਅਨਸਰ ਜ਼ਿਆਦਾ ਸੀ, ਕਲੋਨੀਆਂ ਵਾਲੇ, ਬਸਤੀਆਂ ਵਾਲੇ, ਲੁੱਟਾਂ ਖੋਹਾਂ ਵਾਲੇ ਉਹ ਜ਼ਿਆਦਾ ਸੀ। ਅਸਲੀਅਤ ਤਾਂ ਹੁਣ ਜਿਹਦੇ ਨਾਲ ਜਿਨ੍ਹਾਂ ਨਾਲ ਵਿਚਾਰਿਆਂ ਨੇ ਬੀਤੀ ਹੈ ਉਹਨਾਂ ਨੂੰ ਪਤਾ, ਅਸਲੀਅਤ ਤਾਂ ਜਿਨ੍ਹਾਂ ਨੂੰ ਸਾੜਿਆ ਗਿਆ, ਜਿਨ੍ਹਾਂ ਦੇ ਪਰਿਵਾਰ ਸਾੜਤੇ, ਜਿਨ੍ਹਾਂ ਨੂੰ ਕੇਸ ਕਟਾਉਣੇ ਪਏ, ਜਿਹੜੇ ਬੱਚੇ ਛੋਟੇ ਛੋਟੇ ਮਾਰੇ ਗਏ, ਜਿਨ੍ਹਾਂ ਦੇ ਘਰ ਦੇ ਜੀਅ, ਕਿਸੇ ਦਾ ਘਰ ਵਾਲਾ ਮਾਰਿਆ ਗਿਆ, ਪਿਓ ਵੀ ਮਾਰਿਆ ਗਿਆ, ਕੋਈ ਹੋਰ ਵੀ ਜੀਅ ਮਾਰਿਆ, ਖਾਸ ਤੌਰ 'ਤੇ ਮੇਲ ਮੈਂਬਰਾਂ 'ਤੇ ਜਿਹੜਾ ਅਸਰ ਜ਼ਿਆਦਾ ਹੋਇਆ ਹੈਗਾ, ਇਸਤਰੀਆਂ ਜਿਹੜੀਆਂ ਸੀਗੀਆਂ ਉਹਨਾਂ ਦਾ ਘੱਟ ਹੋਇਆ ਹੈਗਾ ਮੇਰੀ ਸਮਝ ਅਨੁਸਾਰ। ਅਤੇ ਅਸਲ ਤਾਂ ਉਹਨਾਂ ਨੂੰ ਹੀ ਪਤਾ ਜਿਨ੍ਹਾਂ ਨੇ ਇਹ ਵੇਖਿਆ, ਅਸੀਂ ਤਾਂ ਬਾਅਦ ਦੇ ਵਿੱਚ ਕੋਈ ਅਖਬਾਰ ਜਿਹੜੀ ਮਾੜੀ ਮੋਟੀ ਫੋਟੋ ਆਉਂਦੀ ਸੀ ਜਾਂ ਕੋਈ ਮਾੜੀ ਮੋਟੀ ਕਿਤੇ ਟੀਵੀ 'ਤੇ ਆਉਂਦੀ ਸੀ, ਉਹੀ ਦੇਖਣੀ ਸੀ। ਦਿੱਲੀ ਦੀ ਪੁਲਿਸ ਦਾ ਤਾਂ ਉਹੀ ਹੈ ਨਾ, ਮੈਂ ਤੁਹਾਨੂੰ ਦੱਸਿਆ ਵੀ ਉਦੋਂ ਮੀਡੀਆ ਇੰਨਾ ਸਟਰੋਂਗ ਨਹੀਂ ਸੀ, ਜੋ ਸਰਕਾਰੀ ਮੀਡੀਆ ਸੀਗਾ ਉਹਦੇ ਅਨੁਸਾਰ ਹੀ ਗੱਲਾਂ ਸੁਣਨੀਆਂ ਸੀ, ਅਤੇ ਜਾਂ ਥੋੜ੍ਹੀਆਂ ਬਹੁਤੀਆਂ ਸੀਗੀਆਂ, ਪਰ ਉਹਦੇ 'ਚ ਜਿਵੇਂ ਕੋਈ 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 ਅਖਬਾਰਾਂ ਦੀ ਜਿਵੇਂ ਆਪੋ ਆਪਣੀ ਰਾਏ ਹੁੰਦੀ ਹੈ, ਕੁਝ ਅਖਬਾਰ ਜਿਹੜੇ ਹੁੰਦੇ ਆ ਥੋੜ੍ਹਾ ਕੁ ਸਾਂਝਾ ਲਿਖਦੇ ਆ, ਕਈ ਇੱਕ ਪਾਸੜ ਹੁੰਦੇ, ਉਹਨਾਂ ਅਖਬਾਰਾਂ ਤੋਂ ਇਹ ਪਤਾ ਲੱਗਦਾ ਸੀਗਾ ਵੀ ਪੁਲਿਸ ਵਾਲਿਆਂ ਨੇ ਬਹੁਤ
ਕੋਈ ਜਿਹੜਾ ਚੰਗਾ ਰੋਲ ਨਹੀਂ ਕੀਤਾ ਗਾ, ਮਾੜਾ ਰੋਲ ਹੀ ਕੀਤਾ ਵਾ। ਅਸੀਂ ਅਕਸਰ ਹੀ ਆਮ ਵਿੱਚ ਜਿੱਥੇ ਕਿਤੇ ਬਹਿੰਦੇ ਉੱਠਦੇ ਹਾਂ, ਅਸੀਂ ਜਿੱਥੇ ਇੱਥੇ ਵੀ ਗੁਰਦੁਆਰੇ ਬਹਿੰਦੇ ਹਾਂ ਜਾਂ ਬਾਹਰ ਅੰਦਰ ਵੀ ਪਿੰਡ ਵੀ ਜਾਂ ਕਿਤੇ ਹੋਰ ਵੀ ਇਕੱਠ ਬੱਠ ਹੁੰਦਾ ਹੈਗਾ, ਉੱਥੇ ਅਕਸਰ ਇਹਦੀਆਂ ਮਤਲਬ ਗੱਲਾਂ ਕਰਦੇ ਰਹਿੰਦੇ ਹਾਂ ਅਸੀਂ। ਉਸ ਮੌਕੇ ਉਸ ਪ੍ਰਤੀ ਤਾਂ ਹਰ ਕੋਈ ਬੰਦਾ ਫਿੱਸਿਆ ਪਿਆ ਵੀ ਬਹੁਤ ਸਾਡੇ ਨਾਲ ਬੇਇਨਸਾਫੀ ਹੋਈ ਹੈ, ਹਰ ਬੰਦੇ ਦੇ ਮਨ 'ਚ ਇਹ ਹੈਗੀ ਹੈ। ਅਤੇ ਜਿਹੜੇ ਕੋਈ ਦੂਸਰੇ ਭਾਈਚਾਰੇ ਦੇ ਲੋਕ ਉਹ ਮੈਂ ਕਹਿ ਨਹੀਂ ਸਕਦਾ ਗਾ ਵੀ ਉਹਨਾਂ ਦੇ, ਔਰ ਜਿੰਨਾ ਕੁ ਮੈਂ ਪੜ੍ਹਿਆ ਬੜੇ ਹਿੰਦੂਆਂ ਬਾਰੇ ਮੈਂ ਪੜ੍ਹਿਆ ਜਿਨ੍ਹਾਂ ਨੇ ਸਿੱਖਾਂ ਨੂੰ ਆਪਦੇ ਘਰਾਂ 'ਚ ਲੁਕੋਇਆ, ਬੜੇ ਹਿੰਦੂਆਂ ਬਾਰੇ ਮੈਂ ਅਜਿਹਿਆਂ ਦਾ ਪੜ੍ਹਿਆ ਜਿਨ੍ਹਾਂ ਨੇ ਜਦੋਂ ਸਿੱਖਾਂ ਨੂੰ ਇੱਕ ਥਾਂ ਇਕੱਠੇ ਕਰਕੇ ਗਿਆ ਉਹ ਜਿਹੜੇ ਮਾੜੇ ਸੀ ਵਿਚਾਰੇ, ਅਤੇ ਉਹਨਾਂ ਨੂੰ ਆਟਾ ਦਿੱਲੀ 'ਚ ਕਰਫਿਊ ਲੱਗੇ ਹੋਏ ਤੋਂ ਵੀ ਉਹ ਆਟੇ ਦੀਆਂ ਬੋਰੀਆਂ ਹਿੰਦੂ ਦੇ ਕੇ ਆਉਂਦੇ ਰਹੇ ਆ। ਮੈਂ ਇਹ ਵੀ ਪੜ੍ਹੀਆਂ ਅਖਬਾਰਾਂ 'ਚੋਂ ਕਿਤਾਬਾਂ 'ਚੋਂ, ਇਹ ਵੀ ਚੀਜ਼ਾਂ ਉਹਨਾਂ ਦੇ ਨਾਂ ਵੀ ਲਿਖੇ ਬਕਾਇਦਾ ਉਹਨਾਂ ਦੇ, ਇਹ ਵੀ ਆ ਵੀ ਇਹ ਤੁਸੀਂ ਆਟਾ ਕਿੱਥੋਂ, ਉਹ ਕਹਿੰਦੇ ਵੀ ਕਿਉਂ ਲਿਆਉਂਦੇ ਹਾਂ ਅਸੀਂ ਕਿਸੇ ਦੁਕਾਨ ਘਲਾ ਕੇ, ਕਿਵੇਂ, ਕਿਉਂ ਹਮਦਰਦੀ ਜਿਹੜੀ ਹੈਗੀ ਹੈ ਉਹ ਸਾਰੀਆਂ ਕੌਮਾਂ, ਸਾਰੀਆਂ ਕੌਮਾਂ 'ਚ ਹੀ ਮਾੜੇ ਲੋਕ ਹੈ, ਸਾਰੀਆਂ ਕੌਮਾਂ 'ਚ ਹੀ ਚੰਗੇ ਲੋਕ, ਸਾਰੇ ਹਿੰਦੂ ਮਾੜੇ ਨਹੀਂ, ਸਾਰੇ ਮੁਸਲਮਾਨ ਮਾੜੇ ਨਹੀਂ, ਸਾਰੇ ਸਿੱਖ ਮਾੜੇ ਨਹੀਂ, ਅਤੇ ਸਾਰੇ ਚੰਗੇ ਵੀ ਹੈ ਨਹੀਂ, ਸਾਡੇ ਕਿਹੜਾ ਸਾਰੇ ਚੰਗੇ ਆ, ਸਾਡੇ ਆਪਸ ਵਿੱਚ ਹੀ ਇੱਕ ਦੂਜੇ ਨੂੰ ਮਾਰੀ ਗਏ ਆ। ਉੱਥੇ ਪੁਲਿਸ ਵਾਲਾ ਮੰਨ ਲਿਆ ਸਿੱਖ ਹੈ ਅਤੇ ਮੁੰਡੇ ਵੀ ਸਿੱਖ ਹੈ, ਉਹ ਪੈਸਿਆਂ ਦੀ ਬਾਬਤ ਹੀ ਮਾਰੀ ਗਏ ਇੱਕ ਦੂਜੇ ਨੂੰ। ਬਹੁਤ ਸਾਰੇ ਪੁਲਿਸ ਨੇਕ ਸੀ ਜਿਹੜੇ ਸਮਝਾ ਬੁਝਾ ਕੇ ਉਹਨਾਂ ਨੂੰ ਦੂਸਰਾ ਉਹ ਇਸ ਰਾਹ ਤੋਂ ਬਦਲ ਦਿੰਦੇ ਸੀ, ਅੱਜ ਵੀ ਉਹਨਾਂ ਦੇ ਲੇਖ ਅਖਬਾਰਾਂ 'ਚ ਆਉਂਦੇ ਨੇਕ ਇਨਸਾਨਾਂ ਦੇ। ਤਾਂ ਮੈਂ ਨਹੀਂ ਕਹਿੰਦਾ ਗਾ ਵੀ ਇਹ ਕੋਈ ਕੌਮ ਮਾੜੀ, ਸਾਰੀਆਂ ਕੌਮਾਂ 'ਚ ਚੰਗੇ ਬੰਦੇ ਅਤੇ ਸਾਰੀਆਂ ਕੌਮਾਂ 'ਚ ਮਾੜੇ ਬੰਦੇ, ਸਾਰੇ ਹਿੰਦੂ ਮਾੜੇ ਨੇ, ਬਹੁਤ ਸਾਰੇ ਹਿੰਦੂ ਸੀ ਜਿਨ੍ਹਾਂ ਨੇ ਮਤਲਬ ਲੁਕੋਇਆ ਪਰਿਵਾਰਾਂ ਨਹੀਂ। ਮੇਰੀ ਜ਼ਿੰਦਗੀ ਤਾਂ ਪਹਿਲਾਂ ਤੋਂ ਹੀ ਥੋੜ੍ਹੀ ਕੁ ਹੈਗੀ ਹੈ ਜਿਹਨੂੰ ਆਪਾਂ ਕਹਿ ਦਈਏ ਸੈਕੂਲਰ ਜੀ ਹੈ, ਠੰਡੇ ਸੁਭਾਅ ਦੀ ਹੈ ਜਿਹੜੀ ਮੈਂ ਆਪਦੀ ਸੋਚ ਨਾਲ, ਜਿਵੇਂ ਤੁਹਾਨੂੰ ਇਹ ਕਹਿ ਮਤਲਬ ਤੁਹਾਨੂੰ ਕਿਹਾ ਬਈ ਉਹ ਮੇਰੀ ਸੋਚ ਅਨੁਸਾਰ ਠੀਕ ਨਹੀਂ ਸੀ। ਉਸ ਹੁਣ ਬਹੁਤ ਸਾਰਾ ਇਹ ਕਿਹਾ ਜਾਂਦਾ ਵੀ ਗਿਆਨੀ ਜੈਲਸੋ ਨੇ ਆਹ ਨਾ ਕੀਤਾ, ਮੈਂ ਕਹਿੰਦਾ ਜੇ ਗਿਆਨੀ ਜੈਲਸੋ ਕਿਤੇ ਅਸਤੀਫਾ ਦੇ ਦਿੰਦਾ ਤਾਂ ਸ਼ਾਇਦ ਇਦੂ ਅਰਾਜਕਤਾ ਵੱਧ ਜਾਂਦੀ, ਇਦੂ ਬੁਰਾ ਹਾਲ ਸ਼ਾਇਦ ਹੋ ਜਾਂਦਾ ਉਸ ਮੌਕੇ, ਮੇਰੀ ਸੋਚ ਤਾਂ ਇਹ ਕਹਿੰਦੀ ਹੈਗੀ। ਹੁਣ ਆਮ ਜਨਤਾ ਹੈ, ਅਖਬਾਰ ਵੀ ਪੜ੍ਹੇ ਪਏ, ਕਿਤਾਬਾਂ 'ਚ ਵੀ ਆ ਗਿਆਨੀ ਜੈਲਸੋ ਨੇ ਆਹ ਨਹੀਂ ਕੀਤਾ ਆਹ ਨਹੀਂ ਕੀਤਾ, ਪਰ ਮੈਂ ਕਹਿੰਦਾ ਵੀ ਗਿਆਨੀ ਜੈਲਸੋ ਆ ਜਾਂ ਡਾਕਟਰ ਮਨਮੋਹਨ ਸਿੰਘ ਸੀ ਪਹਿਲਾਂ ਪ੍ਰਧਾਨ ਮੰਤਰੀ ਜਾਂ ਹੁਣ ਮੋਦੀ ਹੈ, ਉਹ ਕਿਸੇ ਇੱਕ ਕੌਮ ਦੇ ਨਹੀਂ ਰਹਿੰਦੇ, ਉਹ ਦੇਸ਼ ਦੇ ਮੁਖੀ ਬਣ ਜਾਂਦੇ ਆ। ਉਹ ਗਿਆਨੀ ਜੈਲਸੋ ਦੇਸ਼ ਦਾ ਰਾਸ਼ਟਰਪਤੀ ਸੀ, ਡਾਕਟਰ ਮਨਮੋਹਨ ਸਿੰਘ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਅਤੇ ਉਹ ਇਕੱਲੇ ਪੰਜਾਬ ਦਾ ਨਹੀਂ ਸੀਗਾ ਵੀ ਪੰਜਾਬ ਨੂੰ ਵੀ ਆਹ ਕੁਛ ਕਰੀ ਜਾਵੇ। ਤਾਂ ਅਗਰ ਉਦੋਂ ਗਿਆਨੀ ਜੈਲਸੋ ਉਹ ਜੇ ਛੱਡ ਜਾਂਦਾ, ਮੇਰੀ ਸੋਚ ਹੈ, ਅਤੇ ਮੈਨੂੰ ਲੱਗਦਾ ਵੀ ਸ਼ਾਇਦ ਇਦੋਂ ਬਰਬਾਦੀ ਬਹੁਤ ਜ਼ਿਆਦਾ ਹੁੰਦੀ, ਵੱਢ ਟੋਕ ਆਪਸ ਵਿੱਚ ਸ਼ੁਰੂ ਹੋ ਜਾਣੀ ਸੀ। ਤਾਂ ਉਦੋਂ ਉਹ ਮਜਬੂਰ ਸੀ, ਗਿਆਨੀ ਜੈਲਸੋ ਵੀ ਮਜਬੂਰ ਸੀ ਉਦੋਂ, ਜਿਹੜੇ ਉਹਦੇ ਨਾਲ ਨਿੱਜੀ ਸੰਬੰਧ ਰੱਖਣ ਵਾਲੇ ਲੋਕ ਦਿੱਲੀ ਦੇ ਸੀ ਉਹ ਗਿਆਨੀ ਜੈਲਸੋ ਨੂੰ ਕਾਲ ਕਰਦੇ ਸੀ ਵੀ ਸਾਡਾ ਜੀ ਕੁਝ ਕਰੋ, ਸਾਡਾ ਕਰੋ। ਉਹ ਕਹਿੰਦਾ ਜਿੱਥੇ ਕੋਈ ਹਿੰਦੂਆਂ ਦੇ ਘਰ ਲੋਕ ਕੇ ਜਾਨਾਂ ਬਚਾਉਣੀਆਂ ਬਚਾ ਲਓ, ਮੈਂ ਆਪ ਮਜਬੂਰ ਹੈ। ਉਹਦਾ ਆਪਦਾ ਕੋਈ ਫੋਨ ਨਹੀਂ ਸੀ ਚੁੱਕਦਾ, ਕੋਈ ਪ੍ਰਧਾਨ ਮੰਤਰੀ ਦਾ ਦਫ਼ਤਰ ਦਾ ਬੰਦਾ ਉਹਦਾ ਆਪਦਾ ਫੋਨ ਨਹੀਂ, ਉਹ ਆਪ ਪਿੱਟਦਾ ਸੀ ਮੈਂ ਮਜਬੂਰ ਹਾਂ ਜਿਵੇਂ ਜਾਨਾਂ ਬਚਾਈ ਦੀਆਂ ਬਚਾ ਲਓ, ਹਾਲਾਤ ਇਹੋ ਜਿਹੇ ਬਣ ਗਏ ਸੀ। ਉਹ ਤਾਂ ਉਸ ਮੌਕੇ ਫਰਜ ਕੀਤਾ ਗਿਆਨੀ ਜੈਲ ਸਿੰਘ ਨੂੰ ਜੋ ਡੈਡ ਬਾਡੀ ਕੋਲ ਇੰਦਰਾ ਗਾਂਧੀ ਕੋਲ ਗਿਆ, ਉਦੋਂ ਹੀ ਉਹ ਤਾਂ ਜਿਹੜੇ ਸੀ ਕੋਈ ਸ਼ਰਾਰਤੀ ਅਨਸਰ ਜਿਹੜੇ ਸੀਗੇ ਉਹਦੇ 'ਤੇ ਗੜਬੜ ਕਰਨ ਲੱਗੇ ਸੀ, ਜੋ ਬਾਅਦ 'ਚ ਅਖਬਾਰਾਂ ਦੇ ਮੀਡੀਆ ਦੇ ਵਿੱਚ ਆਉਂਦੀਆਂ ਰਹੀਆਂ ਗੱਲ। ਤਾਂ ਉਦੋਂ ਹਾਲਾਤ ਹੀ ਕੁਝ ਬਹੁਤ ਮਾੜੇ ਹਾਲਾਤ ਸੀਗੇ, ਜੋ ਮਤਲਬ ਅੱਜ ਤੀਕ ਮੈਂ ਮੰਨਦਾ ਬਈ ਸ਼ਾਇਦ ਕਈਆਂ ਦੀਆਂ FIR ਵਗੈਰਾ ਦਰਜ ਹੋਈਆਂ ਪਰ ਉਹ ਜੀ ਸਜ਼ਾ ਨਹੀਂ। ਜਿਹੜੀ ਅਦਾਲਤ ਦੇ ਵਿੱਚ ਹੈ ਨਾ, ਅਦਾਲਤ ਦੇ ਵਿੱਚ ਉਹਦੇ ਬਹੁਤ ਸਾਰੇ ਸਬੂਤ ਮੰਗੇ ਜਾਂਦੇ, ਠੋਸ, ਗਵਾਹ, ਲਿਖਤ, ਉਹਦੇ ਆਧਾਰ 'ਤੇ ਅਦਾਲਤਾਂ 'ਤੇ, ਅਦਾਲਤਾਂ ਦੇ ਵੀ ਤੁਹਾਨੂੰ ਪਤਾ ਮੋਨੋਪੋਲੀ ਜਿਹੜੀ ਹੈਗੀ ਹੈ, ਜਿਹਦੀ ਹੈਗੀ ਹੈ ਉਹਨਾਂ ਦੀ ਵੀ ਹੈਗੀ ਹੈ, ਉੱਥੇ ਫਿਰ ਸਾਰੇ ਅਸੀਂ ਹੈਗੇ ਘੱਟ ਗਿਣਤੀ ਨੇ। ਸਾਡੀ ਆਬਾਦੀ ਕੀ ਹੈ, 0.5% ਹੀ ਹੈ, ਸਾਡੇ ਨਾਲ ਹਿੰਦੂਆਂ ਦੀ 20-22% ਦੀ ਆਬਾਦੀ ਹੈਗੀ ਹੈ, ਮੁਸਲਮਾਨ ਸਾਡੇ ਨਾਲੋਂ 36 ਗੁਣਾ, ਈਸਾਈ ਸਾਡੇ ਨਾਲੋਂ ਜਿਹੜੇ ਹੈਗੇ ਆ ਉਹ 66 ਗੁਣਾ। ਤਾਂ ਸਾਡੇ ਆਪਣੇ ਦੂਸਰੇ ਦੇਸ਼ ਦੇ ਵਿੱਚ ਹੀ ਸਾਡੇ ਨਾਲ ਦੂਸਰੀਆਂ ਕੌਮਾਂ ਦੀ ਆਬਾਦੀ ਜ਼ਿਆਦਾ, ਅਤੇ ਜਿਨ੍ਹਾਂ ਦੀ ਉੱਥੇ ਕੋਰਟਾਂ ਦੇ ਵਿੱਚ ਮੋਨੋਪੋਲੀ ਹੋਊਗੀ ਤਾਂ ਕੁਦਰਤੀ ਚੱਲਣੀ ਤਾਂ ਉਹਨਾਂ ਦੀ ਚੱਲਣੀ ਹੈ ਕਿ ਨਹੀਂ, ਕੁਦਰਤੀ ਚੀਜ਼ ਹੈ, ਹਰ ਇੱਕ ਦਾ ਮਨ ਤਾਂ ਬਣਿਆ। ਹੁਣ ਬਹਿਸਾਂ ਵਿਖਾਉਂਦੇ ਆ, TV ਚੈਨਲਾਂ ਦਿਖਾਈ ਜਾਂਦੇ ਆ ਵੀ ਜਿਵੇਂ ਆ ਹਿੰਦੂ ਦਾ ਸ਼ਰੀਅਤ ਵਾਲਾ ਸੀਗਾ, ਉਹਦੇ 'ਚ ਜਿਨ੍ਹਾਂ ਦੇ ਮਨ 'ਚ ਪਹੁੰਚ ਜਾਜਾ ਜਾਂ ਕਿਸੇ ਵੀ ਉਹ ਤਾਂ ਉਹ ਵਸੀ ਹੁੰਦੀ ਚੀਜ਼, ਜਿਵੇਂ ਸਾਡੇ ਆਪਣੇ ਸਿੱਖ ਧਰਮ ਵਸਿਆ ਹੋਇਆ, ਚਾਹੇ ਅਸੀਂ ਜੱਜ ਬਣ ਜਾਈਏ, ਚਾਹੇ ਮਾਸਟਰ ਬਣ ਜਾਈਏ, ਚਾਹੇ ਤਹਿਸੀਲਦਾਰ ਬਣ ਜਾਈਏ, ਆਪਣੀ ਕੌਮ ਤਾਂ ਸਾਡੇ 'ਚ ਵਸੀ ਹੁੰਦੀ ਹੈ, ਉਹ ਤਾਂ ਨਹੀਂ ਨਿਕਲਦੀ ਕਿਤੇ,
ਉਹਨਾਂ ਦੇ ਵਿੱਚ ਮਨਾਪਲੀ ਉਹਨਾਂ ਦੀ ਉਹ ਕੋਈ ਮੈਂ ਨਹੀਂ ਸਮਝਦਾ ਵੀ ਉਹਨਾਂ ਨੂੰ ਕੋਈ ਇਨਸਾਫ ਮਿਲਿਆ ਹੈਗਾ ਉਹ ਠੋਸ ਸਬੂਤ ਭਾਲਦੇ ਆ ਉਹਨਾਂ ਦੀ ਫਿਰ ਕੋਈ ਨਾ ਕੋਈ ਕਿਸੇ ਪਾਸੋਂ ਨਿਕਲ ਜਾਂਦੇ 30 ਸਾਲ ਹੋ ਗਏ ਵਿਚਾਰਿਆਂ ਨੂੰ ਰੁਲਦਿਆਂ ਨੂੰ ਫਿਰਦਿਆਂ ਮੈਂ ਉਹੀ ਓ ਗੱਲ ਕੀਤੀ ਆ ਨਾ ਅੱਜ ਤੀਕ ਰੁਲਦਿਆਂ ਹੋਇਆਂ ਨੂੰ ਉੱਜੜਿਆਂ ਹੋਇਆਂ ਨੂੰ ਕੀ ਮਿਲਿਆ ਜੇ ਉਹ ਦੋ ਬਾਡੀਗਾਰਡ ਇਹ ਕੰਮ ਨਾ ਕਰਦੇ ਜੇ ਪਿੰਡਰਾਂ ਵਾਲਾ ਹੀ ਅਕਾਲ ਤਖ਼ਤ 'ਤੇ ਨਾ ਬਹਿੰਦਾ ਚੌਕ ਮੇਤੇ ਬਹਿ ਜਾਂਦਾ ਪੰਜਾਂ ਪਿਆਰਿਆਂ ਦੇ ਆਖੇ ਲੱਗ ਜਾਂਦਾ ਅਤੇ ਸ਼ਾਇਦ ਨਾ ਅਕਾਲ ਤਖ਼ਤ ਉੱਜੜਦਾ ਨਾ ਦਰਬਾਰ ਸਾਹਿਬ 'ਤੇ ਅਟੈਕ ਹੁੰਦਾ ਨਾ ਹਜ਼ਾਰਾਂ ਲੋਕ ਹੋਰ ਮਰਦੇ ਬੜੇ ਬੁਰੇ ਹਾਲੀ ਜਿਹੜੇ ਮਰੇ ਆ ਵਿਚਾਰੇ ਛੋਟੇ ਛੋਟੇ ਬੱਚੇ ਕਿਉਂਕਿ ਦੂਸਰੀਆਂ ਜਿਹੜੀਆਂ ਸਾਊਥ ਦੇ ਲੋਕ ਆਏ ਸੀ ਉਹਨਾਂ ਨੂੰ ਤੁਹਾਡੇ ਦਰਬਾਰ ਸਾਹਿਬ ਨਾਲ ਕੀ ਮਤਲਬ ਸੀ ਸੀ ਕੋਈ ਮਤਲਬ ਕੋਈ ਮਤਲਬ ਨਹੀਂ ਸੀ ਉਹਨਾਂ ਨੂੰ ਉਹ ਤਾਂ ਸਣੇ ਬੂਟੀ ਫਿਰਦੇ ਸੀ ਉੱਥੇ ਜਿਸ ਜਗ੍ਹਾ ਨੂੰ ਅਸੀਂ ਪਵਿੱਤਰ ਨਮਸਕਾਰ ਕਰਦੇ ਹਾਂ ਉਹਨਾਂ 'ਤੇ ਕੀ ਅਸਰ ਸੀ ਇਹਦੇ ਜੇ ਥੋੜ੍ਹੀ ਜਿਹੀ ਇਹੋ ਹੀ ਗੱਲ ਹੋ ਜਾਂਦੀ ਕੀ ਉਹਦੇ ਨਾਲ ਹੋ ਜਾਂਦਾ ਪੰਜ ਪਿਆਰਿਆਂ ਦੇ ਆਖੇ ਔਰ ਉਸ ਮੌਕੇ ਸਾਡੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਧਰਮ ਨੂੰ ਮੰਨਣ ਵਾਲੇ ਬਹੁਤ ਅਫੀਸਰ ਸੀ ਜਿਹੜੇ ਉਹਨਾਂ ਨੂੰ ਪਾਸੇ ਲਿਜਾਣ ਨੂੰ ਤਿਆਰ ਸੀ ਪਾਸ ਜਾਣ ਦੇ ਰਸਤੇ ਵੀ ਸੀ ਜੋ ਮੈਂ ਪੜ੍ਹਿਆ ਸੁਣਿਆ ਇੱਥੇ ਵੀ ਅਮਰੀਕ ਸਿੰਘ ਨੇ ਕਿਹਾ ਵੀ ਸੀਗਾ ਵੀ ਆਹ ਹੈਗਾ ਜੀ ਮੌਕਾ ਆਪਾਂ ਵੀ ਜੇ ਚਲੇ ਗਏ ਤਾਂ ਪਿੰਡਾਂ ਵਾਲੇ ਕਹਿੰਦੇ ਮੈਂ ਅਰਦਾਸ ਕੀਤੀ ਮੈਂ ਨਹੀਂ ਜਾਣਾ ਤੁਸੀਂ ਜਾਣਾ ਕਿਸੇ ਨੇ ਜਾਂਦੇ ਰਹੋ ਤਾਂ ਉਹ ਰਸਤੇ ਸੀਗੇ ਉਦੋਂ ਉਸ ਮੌਕੇ 1 ਜਾਂ 2 ਦਿਨ ਪਹਿਲਾਂ DC ਗੁਰਦੇਵ ਸਿੰਘ ਸੀਗਾ ਜਿਹਨੇ ਇਨਕਾਰ ਕਰਤਾ ਸੀ ਵੀ ਮੈਂ ਜੇ ਇਹੋ ਜਿਹੀ ਕਾਰਵਾਈ ਕਰਨੀ ਮੈਂ ਇੱਥੇ DC ਨਹੀਂ ਰਹਿਣਾ ਉਹਨੂੰ ਬਦਲ ਕੇ ਉੱਥੇ ਹੋਰ ਥਾਂ ਭੇਜਤਾ ਉਹਦੀ ਥਾਂ 'ਤੇ ਹੋਰ DC ਲੈਣ ਦਾ ਉਹ ਸਰਦਾਰ ਹੀ ਉਹ ਸੀਗਾ ਪਰ ਉਹ ਸਹਿਮਤ ਹੋ ਗਿਆ ਉਹਦੀ ਮਨਜ਼ੂਰੀ ਵਗੈਰਾ ਤਾਂ ਹੁੰਦੀ ਹੈ ਨਾ ਕਾਗਜ਼ੀ ਕਾਰਵਾਈ ਕਰਨ ਤਾਂ ਇਸ ਕਰਕੇ ਜਿਹੜਾ ਹੈਗਾ ਵੀ ਮੇਰੀ ਤਾਂ ਮੈਂ ਤਾਂ ਇਹੀ ਨਿੱਜੀ ਸੋਚ ਹੈ ਮੇਰੀ ਵੀ ਪਿੰਡਰਾਂ ਵਾਲੇ ਨੂੰ ਜੇ ਪੰਜਾਂ ਦੇ ਆਖੇ ਲੱਗ ਜਾਂਦਾ ਜਾਂ ਕੋਈ ਕਰ ਲੈਂਦੇ 5 ਜਾਣੇ ਇਹ ਅਕਾਲ ਤਖ਼ਤ 'ਤੇ ਘਟਨਾ ਨਾ ਹੁੰਦੀ ਨਾ ਉੱਜੜਦਾ ਪੰਜਾਬ ਰਹਿੰਦੀ ਖੁੰਦੀ ਕਸਰ ਜਿਹੜੀ ਹੈਗੀ ਦਿੱਲੀ ਵਾਲੀ ਨਿਕਲ ਗਈ ਬਹੁਤ ਨੁਕਸਾਨ ਹੋਇਆ ਉੱਜੜ ਗਏ ਪਰਿਵਾਰ ਅਜੇ ਤੀਕ ਉੱਜੜੇ ਕਰਦੇ 30 ਸਾਲਾਂ ਦੇ ਵਿਚਾਰੇ ਕੋਈ ਇਨਸਾਫ਼ ਨਹੀਂ ਮਿਲਿਆ ਇਨਸਾਫ਼ ਉਹਨਾਂ ਨੂੰ ਕਾਹਦਾ ਮਿਲਣਾ ਤਕੜੇ ਦਾ 70-100 ਕਾਹਦਾ ਮਿਲਣਾ ਇਨਸਾਫ਼ ਕੀ ਕਰਨਗੇ ਹੁਣ ਤਾਂ ਉਹ ਕੇਸ ਕਰਨ ਵਾਲੇ ਹੀ ਨਹੀਂ ਕਈ ਰਹੇ ਵਿਚਾਰੇ ਕਈ ਉਦੋਂ ਜਵਾਨੀ ਸੀ ਅੱਜ 30 ਸਾਲਾਂ ਬਾਅਦ ਉਹ ਆਪ 70-75 ਦੇ ਉਹ ਕਿੱਥੋਂ ਕੇਸ ਲਾ ਲੈਣਗੇ ਕੀ ਕਰ ਲੈਣਗੇ ਉਹ ਸ਼ਾਇਦ ਮੇਰੀ ਸੰਭਾਵਨਾ ਹੈ ਵੀ ਕਿਉਂਕਿ ਫਿਰ ਅਕਾਲੀਆਂ ਨੇ ਕੋਈ ਕੰਪਰੋਮਾਈਜ਼ ਕਰ ਲੈਂਦੇ ਜਾਂ ਮਨ ਮਨੋਤੀ ਕਰ ਲੈਂਦੇ ਜਾਂ ਕੁਝ ਹੋਰ ਕਰ ਲੈਂਦੇ ਦੇਖੋ ਇੱਕ ਚੀਜ਼ ਆ ਹਰ ਬੰਦੇ ਦੀ ਜਿਵੇਂ ਮੈਂ ਤੁਹਾਨੂੰ ਸੋਚ ਦੀ ਗੱਲ ਕਰਦਾ ਨਾ ਅਸੀਂ ਮਹਾਤਮਾ ਗਾਂਧੀ ਨੂੰ ਚੰਗਾ ਕਹੀਏ ਮਾੜਾ ਕਹੀਏ ਪਰ ਦੁਨੀਆਂ ਦੇ ਵਿੱਚ ਮਹਾਤਮਾ ਗਾਂਧੀ ਨੂੰ ਚੰਗਾ ਕਿਹਾ ਜਾਂਦਾ ਵੀ ਉਹਨੇ ਲੰਗੋਟਾ ਪਾ ਕੇ ਆਜ਼ਾਦੀ ਲੈ ਲਈ ਹਾਲਾਂਕਿ ਕੁਰਬਾਨੀ ਸਿੱਖਾਂ ਦੀ ਜ਼ਿਆਦਾ ਪਰ ਸਿੱਖਾਂ ਨੇ ਕੁਰਬਾਨੀਓ ਹੀ ਦਿੱਤੀ ਹੈ ਸਿੱਖਾਂ 'ਚ ਨੀਤੀਵਾਨ ਬੰਦਾ ਬਹੁਤਾ ਕੋਈ ਹੈ ਨਹੀਂ ਸੀ ਉਹ ਜਦ ਕਿਤੇ ਕਈ ਸੱਤਿਆਗ੍ਰਹਿ ਕਰਦਾ ਸੀਗਾ ਜਦੋਂ ਕਿਤੇ ਕੋਈ ਮਾਰ ਮਰਾਈ ਇਹੋ ਜਿਹੀ ਹੁੰਦੀ ਸੀ ਤਾਂ ਆਪਦਾ ਸੱਤਿਆਗ੍ਰਹਿ ਵਾਪਸ ਲੈ ਲੈਂਦਾ ਸੀ ਵੀ ਇਹ ਗਲਤ ਗੱਲ ਅੱਗਾਂ ਲਾਉਣੀਆਂ ਜੇ ਉਹ ਮੈਨੂੰ ਕਿਹਾ ਇੱਕ ਵੀਤਨਾਮੀ ਬਜ਼ੁਰਗ ਮਿਲਿਆ ਮੈਨੂੰ ਕਹਿੰਦਾ ਕਿ ਸਾਡਾ ਜਿਹੜਾ ਦੇਸ਼ ਸੀਗਾ ਉਹ ਤਾਂ ਸਾਡੇ ਹੋਚੀਮੀਨ ਨੇ ਉਜਾੜ ਹੀ ਦਿੱਤਾ ਤੁਹਾਡੇ ਗਾਂਧੀ ਨੇ ਇਕੱਲਾ ਲੰਗੋਟਾ ਪਾ ਕੇ ਤੁਹਾਨੂੰ ਆਜ਼ਾਦੀ ਲੈ ਦਿੱਤੀ ਬਾਹਰਲੇ ਦੇਸ਼ਾਂ 'ਚ ਇਹ ਮਾਣ ਬਣਿਆ ਹੋਇਆ ਕਈ ਵਾਰੀ ਜੇ ਆਪਾਂ ਗੱਲ ਨੂੰ ਠੰਡਾ ਕਰ ਰਹੇ ਹਾਂ ਦੋ ਜਾਣੇ ਦੀ ਲੜਾਈ ਦੇ ਵਿੱਚ ਪਾਸਾ ਜਿਹਾ ਵੱਟ ਲਈਏ ਉਹ ਗੱਲ ਕਿਤੇ ਦੀ ਕਿਤੇ ਚਲੀ ਜਾਂਦੀ ਹੈ ਜੋ ਕਿਤੇ ਦੀ ਕਿਤੇ ਗੱਲ ਚਲੀ ਜਾਂਦੀ ਹੈ ਨਾ ਅਤੇ ਉਹ ਫਿਰ ਸ਼ਾਂਤੀ ਰਹਿ ਜਾਂਦੀ ਆ ਦੋਨੋਂ ਪਰਿਵਾਰ ਹੀ ਬਚ ਜਾਂਦੇ ਚਾਹੇ ਕੋਈ ਪਿੰਡ 'ਚ ਰਹਿੰਦਾ ਜਾਂ ਸ਼ਹਿਰ ਜਾਣ ਬਹੁਤ ਮਾੜੀ ਗੱਲ ਕੀਤੀ ਜਿਹੜੀ 40 ਗੁਰਦੁਆਰੇ ਉਹ ਤਾਂ ਮੈਂ ਤੁਹਾਨੂੰ ਕਹਿੰਦਾ ਤਕੜੇ ਦਾ 70-100 ਦਰਬਾਰ ਸਾਹਿਬ ਤਾਂ ਪਿੰਡਰਾਂ ਵਾਲੇ ਨਾਲ ਚਲੋ ਜੋੜ ਲੈਂਦੇ ਆ ਅਤੇ ਉਹਨਾਂ ਨੇ ਫਿਰ ਇਹ ਹੀ ਮਿਥ ਲਿਆ ਵੀ ਇਹਨਾਂ ਨੂੰ ਹੁਣ ਜਿਵੇਂ ਪਹਿਲੇ ਸਮੇਂ ਸੀਗਾ ਵੀ ਉਹਨਾਂ ਨੂੰ ਦਿਵਾਲੀ ਦੀ ਆਗਿਆ ਦੇ ਤੀ ਵੀ ਦਿਵਾਲੀ 'ਤੇ ਇਕੱਠੇ ਕਰ ਲਓ ਭਾਈ ਮਨੀ ਸਿੰਘ ਨੂੰ ਕਹਿਤਾ ਅਤੇ ਨਾਲ ਹੀ ਇਹ ਸਰਕਾਰ ਨੇ ਬਣਾ ਲਿਆ ਮੁਗਲ ਹਕੂਮਤ ਨੇ ਵੀ ਇਕੱਠਿਆਂ ਹੋਇਆਂ ਨੂੰ ਵੀ ਮਾਰ ਦਿਆਂਗੇ ਹੁਣ ਤਾਂ ਇਹੋ ਹੀ ਲੱਗੀ ਜਾਂਦਾ ਜਿਵੇਂ ਇਹਨਾਂ ਨੇ ਇਹ ਹੀ ਸੀਗਾ ਵੀ ਗੁਰੂ ਅਰਜਨ ਦੇਵ ਦੀ ਸ਼ਹੀਦੀ 'ਤੇ ਲੋਕ ਸਾਰੇ ਇਕੱਠੇ ਹੋਏ ਅਤੇ ਇਕੱਠਿਆਂ ਹੋਏ ਨੂੰ ਜੋ ਖਤਮ ਹੀ ਕਰ ਦਈਏ ਪਰ ਆਪਦੀ ਸਰਕਾਰ ਦਾ ਇਹ ਕਰਨਾ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਕੀਤੀ ਉਹਨਾਂ ਨੇ ਜਿਹੜਾ ਪਵਿੱਤਰ ਦਿਹਾੜੇ 'ਤੇ ਅਟੈਕ ਕੀਤਾ ਇੱਦੋਂ ਮਾੜੀ ਹੋਰ ਕੀ ਹੋ ਸਕਦੀ ਐਂ ਤਾਂ ਹਰ ਚਾਹੇ ਕਿਸੇ ਕੌਮ ਦਾ ਕੋਈ ਮੰਦਾ ਹੈ ਮੈਂ ਕਹਿੰਦਾ ਹਰ ਧਰਮ ਦੀ ਇੱਜ਼ਤ ਕਰਨੀ ਚਾਹੀਦੀ ਹੈ ਸਾਨੂੰ ਮਤਲਬ ਕਾਰਨ ਅਸਲ ਵਿੱਚ ਇਹ ਹੈ ਵੀ ਜਿਵੇਂ ਅੱਜ ਅਤੇ 30 ਸਾਲ ਪਹਿਲਾਂ ਦਾ ਫਰਕ ਬਹੁਤ ਹੈ ਅੱਜ 30 ਸਾਲਾਂ 'ਚ ਬਹੁਤ ਐਜੂਕੇਸ਼ਨ ਆ ਗਈ ਅੱਜ ਤੋਂ 30 ਸਾਲ ਪਹਿਲਾਂ ਐਜੂਕੇਸ਼ਨ ਦੀ ਬਹੁਤ ਘਾਟ ਸੀ ਜਿਹੜਾ ਬੰਦਾ ਐਜੂਕੇਟਡ ਹੈ ਉਹ ਇਕੱਲਾ ਸਿੱਖ ਧਰਮ ਨਹੀਂ ਪੜ੍ਹਦਾ ਉਹ ਹਿੰਦੂ ਧਰਮ ਬਾਰੇ ਵੀ ਪੜ੍ਹਦਾ ਉਹ ਈਸਾਈ ਧਰਮ ਦੀ ਬਾਈਬਲ ਵੀ ਪੜ੍ਹਦਾ ਉਹ ਕੁਰਾਨ ਸ਼ਰੀਫ ਵੀ ਪੜ੍ਹਦਾ ਮੁਸਲਮਾਨਾਂ ਦੀਆਂ ਰੋਹ ਰਿਕਤਾਂ ਵੀ ਸਿੱਖਦਾ ਉਹ ਹਿੰਦੂਆਂ ਦੀਆਂ ਵੀ ਸਿੱਖਦਾ ਉਹਨਾਂ 'ਚ ਵੀ ਦੇਖਦਾ ਜਿਹੜੀ ਕੋਈ ਆਪਦੀ ਤਰੁੱਟੀ ਹੁੰਦੀ ਆ ਉਹ ਮਾੜੇ ਨੂੰ ਮਾੜਾ ਵੀ ਕਹਿੰਦਾ ਉਦੋਂ ਇੱਕ ਅੰਧ ਵਿਸ਼ਵਾਸੀ ਜਿਹੇ ਲੋਕ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਚੱਲ ਆਪਣਾ
ਅਨਪੜ੍ਹਤਾ ਤੋਂ ਨਾ ਸ਼ੁਰੂ ਕਰ ਦਈਏ ਪਿੰਡ 'ਚੋਂ ਵੀ ਇੱਥੇ ਹੀ ਮਾਰਨਾ। ਅਤੇ 47 'ਚ ਉਦੋਂ ਵੀ ਅਨਪੜ੍ਹਤਾ ਪਹਿਲਾਂ ਸੀਗੀ, ਜਿਹੜੇ ਮੁਸਲਮਾਨ ਭਰਾ ਸਾਡੇ ਪਹਿਲੋਂ ਸੀਰੀ ਸਾਂਝੀ ਆਂਢੀ ਗੁਆਂਢੀ ਹੁੰਦੇ ਸੀ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਕੋਈ ਬੱਕਰੀ ਖੋਲ੍ਹ ਕੇ ਲੈ ਗਿਆ, ਕਿਸੇ ਨੂੰ ਉਹਦੇ ਘਰੋਂ ਰਜਾਈ ਹੈਗੀ ਉਹ ਚੁੱਕ ਕੇ ਲੈ ਗਏ। ਇਹੋ ਜਿਹੇ ਲੁਟੇਰੇ ਸੀ ਉਹ, ਉਹਨਾਂ ਨੂੰ ਕੀ ਪਤਾ ਸੀ ਪਾਕਿਸਤਾਨ ਕੀ ਆ ਅਤੇ ਹਿੰਦੁਸਤਾਨ। ਅਨਪੜ੍ਹਤਾ ਸੀ। ਅਤੇ ਅੱਜ 30 ਸਾਲ ਬਾਅਦ ਕਾਫੀ ਜਿਹੜੀ ਹੈਗੀ ਆ ਸਾਡੇ ਕੋਲ ਵਿੱਦਿਆ ਆ ਗਈ ਹੈ। ਉਹ ਵਿੱਦਿਆ ਦੇ ਤੌਰ 'ਤੇ ਮੈਂ ਤਾਂ ਹਰ ਕਿਸੇ ਨੂੰ ਇਹ ਕਹੂੰਗਾ, ਹਰ ਧਰਮ, ਕਿਉਂਕਿ ਮੈਂ ਕਹਿੰਦਾ ਵੀ ਪਰਮਾਤਮਾ ਨੇ ਕੋਈ ਧਰਮ ਨਹੀਂ ਬਣਾਇਆ, ਪਰਮਾਤਮਾ ਨੇ ਇਨਸਾਨ ਪੈਦਾ ਕੀਤਾ ਅਤੇ ਇਨਸਾਨ ਨੇ ਧਰਮ ਬਣਾਏ, ਚਾਹੇ ਉਹ ਇਨਸਾਨ ਕੋਈ ਵੀ ਹੈ। ਉਹ ਧਰਮ ਬਣਦੇ ਰਹੇ ਆ, ਬਣਦੇ ਰਹਿਣੇ ਆ, ਖਤਮ ਹੁੰਦੇ ਰਹੇ ਆ ਅਤੇ ਖਤਮ ਵੀ ਹੁੰਦੇ ਰਹਿਣੇ। ਪਤਾ ਨਹੀਂ ਕਿੰਨੇ ਕੁ ਧਰਮ ਇਹ ਸੰਸਾਰ 'ਤੇ ਪਹਿਲੋਂ ਬਣੇ ਆ ਅਤੇ ਖਤਮ ਹੋਏ ਆ, ਅਤੇ ਅੱਜ ਜੋ ਹੈਗੇ ਆ ਇਹਨਾਂ 'ਚ ਕੋਈ ਘੱਟ ਰਹੇ ਆ, ਕੋਈ ਵੱਧ ਰਹੇ ਆ। ਜਿਵੇਂ ਅੱਜ ਹੀ ਸਵੇਰੇ ਮੈਂ TV ਦੇਖਦਾ ਸੀ ਕਿੰਨੀਆਂ ਬੋਲੀਆਂ ਸਾਡੇ ਦੇਸ਼ ਦੇ ਵਿੱਚ 200-250 ਬੋਲੀ ਖਤਮ ਹੋ ਗਈ ਹੈ। ਜਿਵੇਂ ਪੰਜਾਬੀ ਨੂੰ ਕਹਿੰਦੇ 50 ਸਾਲਾਂ ਦੇ ਵਿੱਚ ਇਹਨੇ ਖਤਮ ਹੋ ਜਾਣੀ। ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿਹੜਾ ਨਵਾਂ ਧਰਮ ਚੱਲੇਗਾ, ਸਾਨੂੰ ਕੀ ਪਤਾ ਆਉਣ ਵਾਲੇ 100 ਸਾਲ ਨੂੰ ਕੀ ਹੋਣਾ। ਅਸੀਂ ਤਾਂ ਪੁਰਾਣਾ ਇਤਿਹਾਸ ਹੀ ਪੜ੍ਹਦੇ ਹਾਂ ਨਾ, ਉਹਦੀ ਬਾਬਤ ਵੀ ਸਾਡੇ ਕੋਲ ਕਿੰਨੀ ਕੁ ਜਾਣਕਾਰੀ ਹੈ, ਕਿੰਨੇ ਕੁ ਸਾਡੇ ਕੋਲ ਸਿੱਖ ਧਰਮ ਦੇ ਅਸੂਲ, ਕਿੰਨੇ ਕੁ ਅੰਮ੍ਰਿਤਧਾਰੀ ਲੋਕਾਂ ਨੂੰ ਪਤਾ ਵੀ ਅੰਮ੍ਰਿਤ ਦੇ ਅਸਲ ਅਸੂਲ ਕੀ ਹੈ। ਗਾਤਰਾ ਤਾਂ ਪਾ ਲੈਂਦੇ ਇਹਨੂੰ, ਮੈਂ ਤਾਂ ਪੁੱਛੋ ਵੀ ਇਹਨਾਂ ਦਾ ਅਸੂਲ ਕੀ ਹੈ, ਇਹਦੇ ਗਾਤਰੇ ਦੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਅਸੀਂ ਬੱਚਤ ਰੱਖਣੀ, ਉਹ ਕਿਸੇ ਨੂੰ ਨਹੀਂ ਪਤਾ ਸਾਨੂੰ। ਅਤੇ ਅਸੀਂ ਫਿਰ ਦੂਜੇ ਧਰਮਾਂ ਬਾਬਤ ਕੀ ਜਾਣਦੇ, ਅਸੀਂ ਤਾਂ ਅੰਧ ਵਿਸ਼ਵਾਸ ਦੇ ਵਿੱਚ ਡਾਂਗ ਚੱਕਣ ਜਾਣਦੇ ਹਾਂ। ਹਰ ਧਰਮ ਦੀ ਇੱਜ਼ਤ ਕਰੋ, ਸਾਰੇ ਹੀ ਧਰਮ ਚੰਗਾ ਸਿਖਾਉਂਦੇ ਆ। ਧਰਮ ਕੀ ਹੈ? ਇੱਕ ਡਿਸਿਪਲਨ, ਤੁਹਾਨੂੰ ਡਿਸਿਪਲਨ 'ਚ ਰਹਿਣਾ ਸਿਖਾਉਂਦਾ ਧਰਮ। ਜੇ ਅਸੀਂ ਉਹ ਡਿਸਿਪਲਨ ਭੰਗ ਕਰਾਂਗੇ ਤਾਂ ਫਿਰ ਉਹ ਧਰਮ ਹੀ ਕਰਦੇ ਹਾਂ ਅਸੀਂ। ਤੁਸੀਂ ਜਿਹੜੇ ਵੀ ਧਰਮ 'ਚ ਹੈ ਆਪਣੇ ਧਰਮ ਦੇ ਅਨੁਸਾਰ ਚੰਗੇ ਰਹੋ, ਨਾਲ ਦੀ ਨਾਲ ਦੂਜਿਆਂ ਧਰਮਾਂ ਦੀ ਇੱਜ਼ਤ ਕਰੋ। ਮੇਰੀ ਸੋਚ ਤਾਂ ਹੈ।